ਸਤਿਵਾਹਿ ਗੁਰੂ ਜੀਓ ਸਤਗੁਰ ਬਾਣੀ ਪੁਰਖ ਪੁਰਖੋ ਤਮ ਬਾਨੀ ਸਿਉ ਚਿਤ ਲਾਵੈ ਗੋ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਬਾਣੀ ਗੁਰੂ ਜਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਨੈ ਪਰ ਤਖ ਗੁਰ ਨਿਸਤਾਰੇ ਬਾਣੀ ਕਹੈ ਸੇਵਕ ਜਨ ਮਨੈ ਪਰਤਖ ਗੁਰੂ ਨਿਸਤਾਰੇ ਪਰਮ ਸਨਮਾਨ ਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਧਨਤਾ ਦੇ ਪਾਤਰ ਹੋ ਸਤਿਗੁਰੂ ਮਹਾਰਾਜ ਦੇ ਦਰ ਦੀ ਬਖਸ਼ਿਸ਼ ਹਾਸਲ ਕਰਨ ਲਈ ਬੜੀ ਕਾਗਰਤਾ ਪ੍ਰੇਮ ਸਤਕਾਰ ਸਹਿਤ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ ਆਓ ਸਮਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਅੱਜ ਦੇ ਵਿਸ਼ੇਸ਼ ਦੀਵਾਨ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹਨ। ਔਰ ਇਹਨਾਂ ਸਾਰੇ ਦੀਵਾਨਾਂ ਦੀਆਂ ਸੇਵਾਵਾਂ ਆਪ ਸਰਬੱਤ ਸੰਗਤ ਵੱਲੋਂ ਹੋ ਰਹੀਆਂ ਹਨ। ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਅਤੇ ਪਾਤਸ਼ਾਹ ਜੀ ਦੇ ਅਦਬ ਸਤਕਾਰ ਲਈ ਅਤੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਸੰਸਥਾ ਗੁਰਦੁਆਰਿਆਂ ਦੀ ਮਰਿਆਦਾ ਦੀ ਬਹਾਲੀ ਲਈ ਸਾਡੇ ਪੁਰਖਿਆਂ ਨੇ ਆਪਣੀ ਰਤ ਡੋਲ ਕੇ ਲਹੂ ਡੋਲ ਕੇ ਸਮੇਂ ਦੀ ਕਾਬਜ ਅਤੇ ਜਾਬਰ ਤਾਕਤ ਦੇ ਨਾਲ ਮੱਥਾ ਲਾ ਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਧਰਮਸ਼ਾਲਾ ਗੁਰਦੁਆਰੇ ਦੀ ਦਾਤ ਨੂੰ ਪਾਕ ਪਵਿੱਤਰ ਰੱਖਣ ਲਈ ਬਹੁਤ ਆਲਾ ਕਿਸਮ ਦਾ ਯਤਨ ਕੀਤਾ ਹੈ। ਐਸੀ ਮਹਾਨ ਮਰਜੀਵੜੇ ਸੂਰਬੀਰ ਉਨ੍ਹਾਂ ਸਤ ਸੰਗੀ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਾਰੇ ਹੀ ਜੁੜ ਬੈਠੇ ਹਾਂ ਸਵਾਉ ਗੁਰਮਤ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਸਾਇਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਨੂੰ ਆਪ ਉਚਾਰਨ ਕੀਤਾ ਅਤੇ ਆਪ ਹੀ ਸਤਿਗੁਰੂ ਮਹਾਰਾਜ ਨੇ ਆਪਣੀ ਹਯਾਤੀ ਵਿੱਚ ਬਾਣੀ ਨੂੰ ਲਿਖਿਆ ਜਿਸ ਪੋਥੀ ਵਿੱਚ ਮਹਾਰਾਜ ਆਪਣੀ ਬਾਣੀ ਦਰਜ ਕਰਦੇ ਸਨ ਉਸ ਬਾਣੀ ਦੀ ਪੋਥੀ ਨੂੰ ਹਮੇਸ਼ਾ ਹੀ ਸਤਿਗੁਰੂ ਆਪਣੇ ਕੋਲ ਰੱਖਦੇ ਸਨ ਭਾਵੇਂ ਮਹਾਰਾਜ ਸਿੱਧਾ ਨੂੰ ਸਿੱਧਾ ਰਸਤਾ ਦੱਸਣ ਵਾਸਤੇ ਸੁਮੀਰ ਪਰਬਤ ਦੀ ਯਾਤਰਾ ਤੇ ਗਏ ਹੋਣ ਚਾਹੇ ਲੰਕਾ ਤੱਕ ਦਾ ਹਜ਼ੂਰ ਨੇ ਸਫ਼ਰ ਕੀਤਾ ਹੋਵੇ ਚਾਹੇ ਉਹ ਪਰਬਤੀ ਖੇਤਰ ਹੋਵੇ ਤੇ ਚਾਹੇ ਉਹ ਅਰਬ ਅਮੀਰਾਤ ਦੇ ਮੁਲਕ ਹੋਣ ਇਨ੍ਹਾਂ ਮੁਲਕਾਂ ਦੇ ਵਿੱਚ ਘੁੰਮਦਿਆਂ ਵੀ ਸਤਿਗੁਰੂ ਮਹਾਰਾਜ ਦੇ ਕੋਲ ਸਦਾ ਬਾਣੀ ਦੀ ਪੋਥੀ ਮੌਜੂਦ ਰਹੀ ਜਿਸ ਵਿੱਚ ਮਹਾਰਾਜ ਆਪਣੀ ਬਾਣੀ ਦਰਜ ਕਰਦੇ ਸਨ ਅਤੇ ਆਪਣੇ ਸਫ਼ਰ ਦੌਰਾਨ ਮਹਾਰਾਜ ਨੇ ਜੋ ਭਗਤ ਸਹਿਬਾਨਾਂ ਦੀ ਬਾਣੀ ਕਤਰ ਕੀਤੀ ਉਹ ਵੀ ਉਸ ਪੋਥੀ ਦੇ ਵਿੱਚ ਮਹਾਰਾਜ ਨੇ ਦਰਜ ਕੀਤੀ ਆਸਾ ਹੱਥ ਕਿਤਾਬ ਕਸ਼ ਪੂਜਾ ਬਾਗ ਮਸੱਲਾ ਧਾਰੀ ਪੁੱਛਣ ਹੋਲ ਕਿਤਾਬ ਨੋ Hindu ਵੱਡਾ ਕੇ ਮੁਸਲਮਾਨ ਹੋਈ ਭਾਈ ਗੁਰਦਾਸ ਜੀ ਨੇ ਦੋ ਪ੍ਰਮਾਣ ਕਿਤਾਬ ਸ਼ਬਦ ਜਿਹੜਾ ਪੋਥੀ ਵਾਸਤੇ ਵਰਤੇ ਕਈ ਵਾਰ ਸਾਨੂੰ ਇਸ ਗੱਲ ਦਾ ਭਰਮ ਪੈ ਜਾਂਦਾ ਹੈ ਕਿ ਪੋਥੀ ਨੂੰ ਕਿਤਾਬ ਕਿਉਂ ਲਿਖਿਆ ਅਰਬ ਦੇ ਮੁਲਕਾਂ ਵਿੱਚ ਖਾਸ ਤੌਰ ਤੇ ਇਸਲਾਮੀ ਜਗਤ ਵਿੱਚ ਕਿਤਾਬ ਸ਼ਬਦ ਦੀ ਵਰਤਿਆ ਜਾਂਦਾ ਹੈ ਆਪਾਂ ਪੁਸਤਕਾਲਾ ਸ਼ਬਦ ਹਿੰਦੀ ਤੋਂ ਲਿਆ ਹੈ ਕਿਤਾਬ ਘਰ ਪੰਜਾਬੀ ਦਾ ਸ਼ਬਦ ਹੈ ਔਰ ਕਿਤਾਬ ਸ਼ਬਦ ਵੀ ਆਪਾਂ ਅਰਬਾਂ ਤੋਂ ਲਿਆ ਹੈ ਔਰ ਇੱਕ ਗੱਲ ਦਾ ਧਿਆਨ ਰੱਖੀਏ ਪੋਥੀ ਸ਼ਬਦ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਾਰਮਿਕ ਪੁਸਤਕਾਂ ਵਾਸਤੇ ਹੀ ਲਿਖਿਆ ਮਿਲਦਾ ਹੈ ਪੋਥੀ ਪੁਰਾਣ ਕਮਾਈਐ ਭਾਉ ਵੱਟੀਐ ਤਤਨ ਪਾਈਐ ਸਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਓਂ ਜਲੈ ਕਰ ਚਾਨਣ ਸਾਹਿਬ ਤੋਂ ਮਿੜੈ ਮੂंड ਪਲੋਸ ਕਮਰ ਬੱਧ ਪੋਥੀ ਇਤਿਆਦਿਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਨੇ ਤੋਂ ਜੇ ਤੁਸੀਂ ਕਿਸੇ ਮੁਸਲਮ ਸੱਜਣ ਨੂੰ ਪੁੱਛੋਂਗੇ ਤਾਂ ਉਹ ਨਾ ਤਾਂ ਗ੍ਰੰਥ ਸ਼ਬਦ ਵਰਤੇਗਾ ਤੇ ਨਾ ਪੋਥੀ ਸ਼ਬਦ ਵਰਤੇਗਾ ਉਹ ਕਹੇਗਾ ਖੁਦਾਈ ਕਿਤਾਬ ਹੈ ਉਹਨੂੰ ਪੁੱਛੋ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਕੀ ਹੈ ਤੇ ਉਹਦਾ ਸਿੱਧਾ ਜਿਹਾ ਬੜਾ ਕਾਮਨ ਜਿਹਾ ਜਵਾਬ ਹੋਏਗਾ ਜੀ ਖੁਦਾਈ ਕਿਤਾਬ ਹੈ ਅੱਲਾ ਪਾਕ ਨੇ ਜਿਹੜੀ ਨਸੀਹਤ ਜਿਹੜੀਆਂ ਵਈਆਂ ਅੱਲਾਹ ਪਾਕ ਦੀਆਂ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹ ਵਸੱਲਮ ਤੇ ਨਾਜ਼ਲ ਹੋਈਆਂ ਉਹ ਪਾਕ ਕਿਤਾਬ ਦੇ ਵਿੱਚ ਦਰਜ ਨੇ ਔਰ ਉਸ ਨੂੰ ਕੁਰਾਨ ਮਜੀਦ ਕਿਹਾ ਜਾਂਦਾ ਜਾਨੀ ਹਰ ਸੱਭਿਆਚਾਰ 'ਚ ਅੱਜ ਆਪਾਂ ਗੋਰਿਆਂ ਨੂੰ ਦੱਸਣਾ ਹੋਵੇ ਅੰਗਰੇਜ਼ੀ ਜਾਣਨ ਵਾਲਿਆਂ ਨੂੰ ਦੱਸਣਾ ਹੋਵੇ ਉਹ ਜੇ ਸਾਨੂੰ ਕਹਿਣਗੇ ਤੁਸੀਂ ਕਿਸ ਨੂੰ ਮੱਥਾ ਟੇਕ ਦਿਓ ਆਪਣੇ ਧਰਮ ਸਥਾਨ ਤੇ ਤਾਂ ਤੁਹਾਨੂੰ ਉਹਨਾਂ ਦੀ ਬੋਲੀ 'ਚ ਕਹਿਣਾ ਪਏਗਾ ਇਹ ਸਾਡੀ ਸਪਿਰਚੁਅਲ ਬੁੱਕ ਹੈ ਹੌਲੀ ਬੁੱਕ ਹੈ ਉਹਨਾਂ ਦਾ ਬੁੱਕ ਸ਼ਬਦ ਹੈ ਤਾਂ ਜਾਨੀ ਕਿ ਵੱਖਰੇ ਵੱਖਰੇ ਜਿਵੇਂ ਕੋਈ ਕਹਿ ਲਵੇ ਨਾ ਵੀ ਆਬ ਸ਼ਬਦ ਪਾਣੀ ਸ਼ਬਦ ਜਲ ਸ਼ਬਦ ਤੂਆ ਸ਼ਬਦ ਇਹਨੇ ਸ਼ਬਦ ਮਹਾਰਾਜ ਨੇ ਬਾਣੀ ਦੇ ਵਿੱਚ ਪਾਣੀ ਵਾਸਤੇ ਹੀ ਵਰਤੇ ਨੇ ਤਾਂ ਇਹ ਵੱਖਰੇ ਵੱਖਰੀ ਬੋਲੀ ਦੇ ਸ਼ਬਦ ਨੇ ਭਾਸ਼ਾ ਦੇ ਸ਼ਬਦ ਨੇ ਕਲਚਰ ਦੇ ਸ਼ਬਦ ਨੇ ਜਿਵੇਂ ਮਾਨਵ ਕਹਿ ਲਓ ਬੰਦਾ ਕਹਿ ਲਓ ਮਨੁੱਖ ਕਹਿ ਲਓ ਹਿਊਮਨ ਕਹਿ ਲਓ ਇਹ ਸਾਰੇ ਸ਼ਬਦ ਇੱਕ ਇਨਸਾਨ ਵਾਸਤੇ ਵਰਤੇ ਜਾਂਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪੋਥੀ ਵਿੱਚ ਆਪਣੀ ਬਾਣੀ ਦਰਜ ਕੀਤੀ ਫਿਰ ਜਿੱਥੇ-ਜਿੱਥੇ ਮਹਾਰਾਜ ਗਏ ਉਹਨਾਂ ਨੇ ਉਸ ਬਾਣੀ ਦਾ ਪ੍ਰਚਾਰ ਕੀਤਾ ਤੇ ਜਿੱਥੇ ਉਹ ਪ੍ਰਚਾਰ ਕਰਦੇ ਸਾਨੂੰ ਨੂੰ ਸਤ ਸੰਗਤ ਕਿਹਾ ਜਾਂਦਾ ਸੀ ਜਹ ਸਤਗੁਰ ਤਹ ਸਤ ਸੰਗਤ ਬਣਾਈ ਮਹਾਰਾਜ ਨੇ ਆਪਣੇ ਜੀਵਨ ਵਿੱਚ ਸੰਗਤਾਂ ਕਾਇਮ ਕੀਤੀਆਂ ਸੰਗਤ ਦਾ ਮਤਲਬ ਹੁੰਦਾ ਸੀ ਕਿ ਜਿਹੜੇ ਵੀ ਇਸ ਸਿੱਖੀ ਦੇ ਰਾਹ ਤੇ ਗੁਰਮਤ ਦੇ ਰਾਹ ਤੇ ਭਾਈ ਤੁਰਨਾ ਚਾਹੁੰਦੇ ਨੇ ਕੋਈ ਦੁੱਖ ਸੁੱਖ ਵੇਲੇ ਆਮ ਸਮੇਂ ਵੇਲੇ ਹਮੇਸ਼ਾ ਇਕੱਤਰ ਹੋਇਆ ਕਰੋ ਤੇ ਇਸ ਬਾਣੀ ਦੀ ਵਿਚਾਰ ਕਰੋ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਸਤ ਸੰਗਤ ਕਰੋ ਉਹਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਜਹ ਸਤਗੁਰ ਤੈਂ ਸਤ ਸੰਗਤ ਬੜਾਈ ਕਿੰਨਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਗਤ ਦਾ ਆਉਂਦਾ ਹੈ ਸਤ ਸੰਗਤ ਦਾ ਆਉਂਦਾ ਹੈ ਸੰਗਤਾਂ ਕਾਇਮ ਕੀਤੀਆਂ ਜਿੱਥੇ-ਜਿੱਥੇ ਗਏ ਉੱਥੇ ਜਿੰਨੇ ਵੀ ਮਹਾਰਾਜ ਨੂੰ ਫੋਲੋ ਕਰਨ ਵਾਲੇ ਮੰਨਣ ਵਾਲੇ ਗੁਰੂ ਦੀ ਗੱਲ ਨਾਲ ਜੁੜਨ ਵਾਲੇ ਉਹਨਾਂ ਨੂੰ ਮਹਾਰਾਜ ਨੇ ਤਾਗੀਦ ਕੀਤੀ ਵੀ ਤੁਸੀਂ ਸੰਗਤਾਂ ਜ਼ਰੂਰ ਕਾਇਮ ਕਰੋ ਹੁਣ ਇਸ ਤੋਂ ਅਗਲਾ ਸਟੈਪ ਸੀ ਵੀ ਜਿੱਥੇ ਸਤ ਸੰਗਤ ਜੁੜਦੀ ਸੀ ਉਸੇ ਨੂੰ ਫਿਰ ਧਰਮਸ਼ਾਲਾ ਕਿਹਾ ਜਾਣ ਲੱਗ ਪਿਆ ਜ਼ਰਾ ਦੇਖਣਾ ਵੀ ਕਿਸ ਤਰੀਕੇ ਨਾਲ ਸਟੈਬਲਿਸ਼ਮੈਂਟ ਹੁੰਦੀ ਹੈ ਸ਼ਬਦ ਹੈ ਪਰਮੇਸ਼ਰ ਦਾ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਪ੍ਰਗਟ ਹੋਇਆ ਦਰਜ ਹੋਇਆ ਪੋਥੀ ਵਿੱਚ ਪ੍ਰਚਾਰ ਜਿਸ ਜਗ੍ਹਾ ਤੇ ਹੋਇਆ ਉਹਨੂੰ ਸੰਗਤ ਕਿਹਾ ਜਾਂਦਾ ਹੈ ਤੇ ਸੰਗਤ ਨੂੰ ਸਥਾਈ ਬਣਾਉਣ ਵਾਸਤੇ ਮਹਾਰਾਜ ਨੇ ਜਿਹੜੀ ਅਗਲੀ ਸੰਸਥਾ ਦਿੱਤੀ ਉਹ ਸੀ ਧਰਮਸ਼ਾਲਾ ਮੈਂ ਬੱਦੀ ਸੱਚ ਧਰਮਸ਼ਾਲਾ ਹੈ ਗੁਰਸਿੱਖਾਂ ਲਹਿੰਦਾ ਭਾਲ ਕੈ ਮਹਾਰਾਜ ਨੇ ਆਖਿਆ ਮੈਂ ਸੱਚ ਦੀ ਧਰਮਸ਼ਾਲਾ ਬਧਿਏ ਜਿੱਥੇ ਸੱਚ ਦੀ ਵਿਚਾਰ ਹੋਵੇ ਪਰਮੇਸ਼ਰ ਦੀ ਸਿੱਖਤ ਸਲਾਹ ਹੋਵੇ ਗੁਰੂ ਸ਼ਬਦ ਨਾਲ ਮਨੁੱਖ ਆ ਕੇ ਜੁੜੇ ਤੇ ਆਪਣੀ ਸੁਰਤ ਨੂੰ پاک ਪਵਿੱਤਰ ਕਰਨ ਦਾ ਆਪਣੇ ਜੀਵਨ ਨੂੰ ਘੜਨ ਦਾ ਆਹਰ ਤੇ ਯਤਨ ਕਰੇ ਜਿੱਥੋਂ ਸਬਕ ਲਵੇ ਹੁਣੋ ਧਰਮਸ਼ਾਲਾ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਧਰਮਸ਼ਾਲਾਆਂ ਕਾਇਮ ਕੀਤੀਆਂ ਛੇਵੇਂ ਪਾਤਸ਼ਾਹ ਜੀ ਦਾ ਸਮਾ ਆਇਆ ਧਰਮਸ਼ਾਲ ਲਫ਼ਜ਼ ਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਗੁਰਦੁਆਰਾ ਸ਼ਬਦ ਨਾਲ ਸਮੋਹਨ ਕੀਤਾ ਜਾਣ ਲੱਗਾ ਅੱਜ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਆ 6ਵੇਂ ਪਾਤਸ਼ਾਹ ਦੇ ਵੇਲੇ ਤੱਕ ਇਹਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਭਾਈ ਗੁਰਦਾਸ ਜੀ ਦੀ ਤੁਸੀਂ ਵਾਰਾਂ ਨੂੰ ਪੜੋ ਉਹਨਾਂ ਨੇ ਦੋਨੋਂ ਸ਼ਬਦ ਦੀ ਵਰਤੋਂ ਉਹ 6ਵੇਂ ਪਾਤਸ਼ਾਹ ਦੇ ਸਮੇਂ ਬਾਬਤ ਲਿਖਦੇ ਨੇ ਧਰਮਸ਼ਾਲਾ ਕਰ ਬਈਂ ਦਾ ਇੱਕ ਥਾਉ ਨਾ ਟਿਕਾ ਟਿਕਾਇਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਬਹੁਤ ਸਾਰੇ ਸ਼ਬਦ ਭਾਈ ਸਾਹਿਬ ਜੀ ਨੇ ਐਵੇਂ ਵਰਤੇ ਧਰਮਸ਼ਾਲਾ ਸ਼ਬਦ ਨੂੰ ਹੀ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਗੁਰਦੁਆਰਾ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਤੋਂ ਬਾਅਦ ਸਾਡੇ ਕੋਲ ਇੱਕ ਤਾਂ ਉਹ ਗੁਰਦੁਆਰੇ ਸੰਜ ਜਿੱਥੇ ਗੁਰੂ ਸਾਹਿਬਾਨ ਨੇ ਆਪ ਮੁਬਾਰਕ ਚਰਨ ਪਾਏ ਜਾਂ ਜਿੱਥੇ ਉਹ ਰਹੇ ਸਨ عموما ਜਿਵੇਂ ਅਨੰਦਪੁਰ ਸਾਹਿਬ ਕੇਂਦਰ ਹੈ ਕੀਰਤਪੁਰ ਸਾਹਿਬ ਕੇਂਦਰ ਹੈ ਤਰਨਤਾਰਨ ਹੈ ਖਡੂਰ ਸਾਹਿਬ ਹੈ ਗੋਇੰਦਵਾਲ ਹੈ ਅੰਮ੍ਰਿਤਸਰ ਹੈ ਇਤਿਹਾਦਕ ਜਿਹੜੇ ਵੱਡੇ ਅਸਥਾਨ ਦਮਦਮਾ ਸਾਹਿਬ ਹੈ ਪਰ ਉਦੋਂ ਅਜੇ ਬਹੁਤੇ ਛੋਟੇ ਗੁਰਦੁਆਰਾ ਸਹਿਬਾਨ ਹੋਂਦ ਵਿੱਚ ਨਹੀਂ ਸਨ ਆਏ ਜਿੱਥੇ ਸੰਗਤ ਜੁੜਦੀ ਸੀ ਉਹਨੂੰ ਧਰਮਸ਼ਾਲ ਕਿਹਾ ਜਾਂਦਾ ਸੀ ਉਹ ਕਿਸੇ ਦੇ ਘਰ ਵੀ ਧਰਮਸ਼ਾਲ ਜੁੜ ਸਕਦੀ ਸੀ ਜਾਂ ਕਿਸ ਕਿਤੇ ਅਮੀਰ ਸਿੱਖ ਨੇ ਉਹਨਾਂ ਨੇ ਆਪਣੀ ਜਗ੍ਹਾ ਦੇ ਕੇ ਆਖਿਆ ਵੀ ਇਹਨੂੰ ਅੱਜ ਤੋਂ ਅਸੀਂ ਧਰਮਸ਼ਾਲਾ ਦੇ ਲਈ ਸਪੁਰਦ ਕਰਦੇ ਹਾਂ ਭੇਟ ਕਰਦੇ ਹਾਂ ਇਸ ਤਰ੍ਹਾਂ ਸੰਗਤਾਂ ਲੱਗਦੀਆਂ ਸਨ ਦਸਮ ਪਾਤਸ਼ਾਹ ਮਹਾਰਾਜ ਤੋਂ ਬਾਅਦ ਬੜਾ ਔਖਾ ਤੇ ਵਿਖੜਾ ਸਮਾਂ ਗੁਰੂ ਨਾਨਕ ਦੇ ਪੰਥ ਉੱਤੇ ਆਇਆ ਇਹ ਦੌਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਹਕੂਮਤ ਨੇ ਸਭ ਤੋਂ ਪਹਿਲਾਂ ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਪਹਿਲਾ ਬਾਦਸ਼ਾਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ ਜਿਸ ਨੇ ਸਿੱਖਾਂ ਦੀ ਕਤਲੇਆਮ ਦਾ ਫਰਮਾਨ ਜਾਰੀ ਕੀਤਾ ਇਸ ਤੋਂ ਪਹਿਲਾਂ ਕਦੇ ਸਿੱਖਾਂ ਦੇ ਕਤਲੇਆਮ ਦਾ ਐਵੇਂ ਫਰਮਾਨ ਜਾਰੀ ਨਹੀਂ ਸੀ ਹੋਇਆ ਕਤਲੇਆਮ ਦਾ ਅਰਥ ਹੁੰਦਾ ਹੈ ਵੀ ਬਿਨਾਂ ਕਿਸੇ ਫਰਕ ਤੋਂ ਬਿਨਾਂ ਕਿਸੇ ਪੜਤਾਲ ਤੋਂ ਬਿਨਾਂ ਕਿਸੇ ਜਾਂਚ ਤੋਂ ਇੱਕ ਧਿਰ ਦੇ ਖਿਲਾਫ ਫਤਵਾ ਜਾਰੀ ਕਰ ਦੇਣਾ ਹੁਕਮ ਜਾਰੀ ਕਰ ਦੇਣਾ ਜਿਸ ਨੂੰ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਸਭ ਛੱਡੇ ਨਾ ਕੋਈ। ਕੇਵਲ ਇਨਾ ਹੀ ਕਹਿਣ ਦੀ ਲੋੜ ਸੀ ਕਿ ਇਹ ਨਾਨਕ ਪੰਥੀ ਹੈ, ਨਾਨਕ ਦੇ ਰਾਹ ਤੇ ਚੱਲਦਾ ਹੈ, ਇਹ ਸਿੱਖ ਹੈ, ਉਹਨੂੰ ਕਤਲ ਕਰ ਦਿੱਤਾ ਜਾਂਦਾ। ਉਹਦੇ ਕੋਲੋਂ ਇਹ ਨਾ ਸਫਾਈ ਲਈ ਜਾਂਦੀ ਸੀ ਤੇ ਨਾ ਹੀ ਉਹਦੀ ਸਫਾਈ ਸੁਣੀ ਜਾਂਦੀ ਸੀ ਵੀ ਮੈਂ ਮੈਦਾਨੇ ਜੰਗ ਚ ਅੱਜ ਤੱਕ ਗਿਆ ਹੀ ਨਹੀਂ, ਮੈਂ ਤਾਂ ਕਿਰਤੀ ਸਿੱਖ ਹਾਂ। ਸਿੱਖ ਹੋਣਾ ਹੀ ਕਾਫੀ ਸੀ। ਉਹਨੂੰ ਕਤਲੇ ਆਮ ਕਹਿੰਦੇ ਨੇ। ਵੀ ਜਦੋਂ ਤੁਹਾਡੀ ਆਈਡੈਂਟੀਟੀ ਨੂੰ ਤੁਹਾਡੀ ਪਛਾਣ ਨੂੰ ਟਾਰਗੇਟ ਕਰ ਲਿਆ ਜਾਏ ਨਿਸ਼ਾਨੇ ਤੇ ਰੱਖ ਲਿਆ ਜਾਏ ਤੋਂ ਪਹਿਲਾ ਫਰਮਾਨ ਜਿਹੜਾ ਹੈ ਉਹ ਜਾਰੀ ਕੀਤਾ ਬਹਾਦਰ ਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਸੀ 1708 ਤੋਂ ਲੈ ਕੇ 1716 ਈਸਵੀ ਤੱਕ ਤਕਰੀਬਨ 8 ਸਾਲ ਦਾ ਸਮਾਂ ਬਣਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਇਸ ਸੰਸਾਰ ਦੇ ਮੰਚ ਉਤੇ ਰਹੇ ਸਮੇਂ ਦੇ ਤਿੰਨ ਬਾਦ ਸ਼ਾਹਾਂ ਦੇ ਨਾਲ ਉਹਨਾਂ ਨੇ ਟੱਕਰ ਲਈ ਅਖੀਰ ਉਹਨਾਂ ਦੀ 1716 ਦੇ ਵਿੱਚ ਸ਼ਹਾਦਤ ਹੋ ਗਈ ਦਿੱਲੀ ਦੇ ਅੰਦਰ ਹੁਣ ਜਰਾ ਕੁ ਵੇਖਣਾ ਇਸ ਤੋਂ ਬਾਅਦ ਇੱਕ ਲੰਮਾ ਦੌਰ ਸ਼ੁਰੂ ਹੁੰਦਾ ਹੈ ਸਿੱਖਾਂ ਦਾ ਤੇ ਮੁਗਲਾਂ ਦਾ ਟਕਰਾਅ ਹੋਇਆ ਮੁਗਲ ਸਲਤਨਤ ਸੀ ਉਸ ਵੇਲੇ ਮੁਗਲ Empire ਸੀ ਤੇ ਸਿੱਖ ਬਹੁਤ ਨਿਗੁਣੀ ਗਿਣਤੀ ਸਨ ਜਿਨ੍ਹਾਂ ਦਾ ਧਰਤੀ ਦੇ ਕਿਸੇ ਹਿੱਸੇ ਤੇ ਰਾਜ ਵੀ ਨਹੀਂ ਪਰੋਣਾ ਨੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਆਪਣੀ ਰਤ ਡੋਲ ਕੇ ਲਹੂ ਡੋਲ ਕੇ ਲਗਾਤਾਰ ਲੜਾਈਆਂ ਲੜ ਕੇ ਕਈ ਪੀੜੀਆਂ ਤਕਰੀਬਨ 80 ਸਾਲ ਸਿੱਖ ਪੰਜਾਬ ਦੀ ਧਰਤ ਉੱਤੇ ਨੰਗੀ ਤਲਵਾਰ ਲੈ ਕੇ ਵਿਚਰੇ ਨੇ ਇਸ ਦੌਰ ਵਿੱਚ ਉਹਨਾਂ ਤੇ ਘੱਲੂ ਘਾਰੇ ਵੀ ਹੋਏ ਕਤਲੇਆਮਾਂ ਵੀ ਹੋਈਆਂ بڑے ਵੱਡੇ ਵੱਡੇ ਸਿੱਖ ਜਰਨੈਲ ਜੰਗਾਂ 'ਚ ਸ਼ਹੀਦ ਹੁੰਦੇ ਰਹੇ ਤੇ ਬਹੁਤ ਆਲਾ ਕਿਸਮ ਦੇ ਸਿੱਖ ਗੁਰੂ ਸਾਹਿਬ ਦੀ ਹਜ਼ੂਰੀ ਮੰਨਣ ਵਾਲੇ ਤੇ ਉਹਨਾਂ ਦੀ ਜੂਰੀ ਅੱਗੇ ਮੰਨਣ ਵਾਲੇ ਸ਼ਹਾਤਾਂ ਦਿੰਦੇ ਰਹੇ ਤੁਸੀਂ ਭਾਈ ਤਾਰਾ ਸਿੰਘ ਵਾਂ ਤੋਂ ਲੈ ਕੇ ਤੇ ਲਗਾਤਾਰ 1799 ਈਸਵੀ ਤੱਕ ਇਹ ਮਾ ਕਰਨਾ 1790 ਈਸਵੀ ਤੱਕ ਦੇ ਸਾਰੇ ਸਿੱਖਾਂ ਦੇ ਹਾਲਾਤ ਪੜੋ ਇਹ 18 ਇਹਨੂੰ ਆਪਾਂ 18ਵੀਂ ਸਦੀ ਦਾ ਸਮਾਂ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਵੀ ਇਹਦੇ ਚ ਆ ਜਾਂਦੇ ਨੇ ਭਾਈ ਤਾਰੂ ਸਿੰਘ ਜੀ ਆ ਜਾਂਦੇ ਨੇ ਭਾਈ ਸ਼ਿਬੇਸ਼ ਸਿੰਘ ਸ਼ਹਾਬਾਤ ਸਿੰਘ ਆ ਜਾਂਦੇ ਨੇ ਭਾਈ ਹਕੀਕਤ ਸਿੰਘ ਆ ਜਾਂਦੇ ਨੇ ਕਿੰਨੇ ਕੁ ਸਿੱਖਾਂ ਦੀ ਗਿਣਤੀ ਕੀਤੀ ਜਾਏ ਭਾਈ ਮਹਿਤਾਬ ਸਿੰਘ ਮੀਰਾ ਕੋਟ ਭਾਈ ਸੁਖਾ ਸਿੰਘ ਮਾੜੀ ਕੋਂਬੋ ਕੀ ਇਹ ਤਾਂ ਉਹ ਮਰਜੀਵੜੇ ਨੇ ਜਿਨ੍ਹਾਂ ਦੀਆਂ ਸ਼ਹਾਾਤਾਂ ਹੋਈਆਂ ਕਿੰਨੇ ਵੱਡੇ ਵੱਡੇ ਆਲਾ ਕਿਸਮ ਦੇ ਸਿੱਖ ਜਾਂ ਨੈਲਾਂ ਦਾ ਜ਼ਿਕਰ ਇਸੇ ਪੀਰੀਅਡ ਵਿੱਚ ਆਉਂਦਾ ਜੱਸਾ ਸਿੰਘ ਰਾਮਗੜੀ ਆ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਘੇਲ ਸਿੰਘ ਬਾਗ ਸਿੰਘ ਹੱਲੋਵਾਲੀਆ ਜਥੇਦਾਰ ਬੁੱਢਾ ਸਿੰਘ ਨਵਾਬ ਕਪੂਰ ਸਿੰਘ ਦੀਵਾਨ ਦਰਬਾਰਾ ਸਿੰਘ ਕਤਿਆਂ ਦਾ ਹੀ ਜ਼ਿਕਰ ਕੀਤਾ ਜਾ ਉਹ ਸਾਰੇ ਇਸ ਦੌਰ ਦੇ ਇਸ ਪੀਰੀਅਡ ਦੇ ਮਹਾਨ ਜਰਨੈਲ ਨੇ ਜਿਨ੍ਹਾਂ ਨੇ ਔਖੇ ਤੇ ਵਿਖੜੇ ਸਮੇਂ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਵੇਖੋ ਜਦੋਂ ਸਮੇਂ ਸਹੀ ਹੋਣ ਉਦੋਂ ਤਾਂ ਹਰ ਕੋਈ ਲੀਡਰ ਬਣਨ ਦਾ ਲੋਚਦਾ ਹੈ ਵੀ ਮੈਂ ਲੀਡਰ ਬਣਾ ਲੋਕ ਮੈਨੂੰ ਸਲਾਮਾ ਕਰਨ ਮੈਂ ਅੱਗੇ ਲੱਗਾ ਤੇ ਦੁਨੀਆ ਨੂੰ ਦੱਸਾਂ ਵੀ ਵੇਖੋ ਮੈਂ ਤਾਂ ਇਹਨਾਂ ਦਾ ਲੀਡਰ ਹਾਂ ਇਹਨਾਂ ਦਾ ਆਗੂ ਪਰ ਅਸੀਂ ਉਹਨਾਂ ਨੂੰ ਪਤਾ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਯਾਦ ਕਿਉਂ ਕਰਦੇ ਆ ਜਦੋਂ ਸਾਡੀ ਸੇਰ ਧੜ ਦੀ ਬਾਜੀ ਲੱਗੀ ਹੋਈ ਸੀ ਜਦੋਂ ਹਕੂਮਤ ਸਾਡਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੀ ਸੀ ਜਦੋਂ ਸਾਡੇ ਘਰ ਘਾਟ ਤਬਾਹ ਕੀਤੇ ਗਏ ਜਦੋਂ ਸਾਡੇ ਤੇ ਕੱਲੂ ਘਾਰੇ ਵਾਪਰ ਰਹੇ ਸਨ ਸਾਡੇ ਧਰਮ ਸਥਾਨ ਵੀ ਸਾਡੇ ਕਬਜ਼ੇ ਵਿੱਚ ਨਹੀਂ ਸਨ ਉਦੋਂ ਆ ਕੇ ਕੋਈ ਸਾਡਾ ਲੀਡਰ ਬਣ ਕੇ ਅੱਗੇ ਲੱਗ ਕੇ ਤੁਰੇ ਉਦੋਂ ਕੋਈ ਆਖੇ ਵੀ ਮੈਂ ਇਹਨਾਂ ਦੇ ਅੱਗੇ ਲਾ ਕੇ ਤੁਰਦਾ ਮੈਂ ਇਹਨਾਂ ਦਾ ਆਗੂ ਆ ਕੌਮ ਨੇ ਉਹਨਾਂ ਨੂੰ ਆਗੂ ਮੰਨਿਆ ਇਹ ਬੜੀ ਵੱਡੀ ਗੱਲ ਸੀ ਅੱਜ ਤਾਂ ਅਸੀਂ ਸਾਰੇ ਹੀ ਆਗੂ ਆ ਨਾ ਪਰ ਉਸ ਵਿਖੜੇ ਸਮੇਂ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਅੱਗੇ ਲੱਗ ਕੇ ਸਮੇਂ ਦੀ ਉਸ ਤਾਕਤ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨੀ ਤੇ ਨੰਗੇ ਧੜ ਮੈਦਾਨੇ ਜੰਗ ਵਿੱਚ ਆ ਜਾਣਾ ਇਹ ਸੀ ਆਗੂ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਜੋ ਸਮਝਣ ਵਾਲੀ ਹੈ ਵੀ ਉਸ ਵੇਲੇ ਅਗਵਾਈ ਕਰਨ ਵਾਲਾ ਵੀ ਇਸ ਹਉਮੈ ਦਾ ਸ਼ਿਕਾਰ ਨਹੀਂ ਸੀ ਹੁੰਦਾ ਵੀ ਮੇਰੇ ਮਗਰ ਇਹਨੇ ਸਿੱਖ ਨੇ ਜਾਂ ਮੈਂ ਇਹਨਾਂ ਸਿੱਖਾਂ ਦਾ ਆਗੂ ਆ ਜਿਹੜੇ ਹਕੂਮਤ ਨਾਲ ਲੜ ਰਿਹਾ ਹੈ ਤੁਸੀਂ ਨਵਾਬ ਕਪੂਰ ਸਿੰਘ ਦਾ ਜੀਵਨ ਪੜੋ ਉਹ ਘੋੜਿਆਂ ਦੀ ਲਿੱਦ ਛੁੱਟਦੇ ਸਨ ਸੰਗਤ ਨੂੰ ਪੱਖਾ ਚਲਦੇ ਸਨ ਉਹਨਾਂ ਨੇ ਆਪਣੇ ਆਪ ਨੂੰ ਜਦੋਂ ਉਹਨਾਂ ਨੂੰ ਨਵਾਬੀ ਦੀ ਖਿਲਤ ਦਿੱਤੀ ਗਈ ਤਾਂ ਉਹਨਾਂ ਦੀ ਪਹਿਲੀ ਸ਼ਰਤ ਇਹ ਸੀ ਪੀ ਪੰਜ ਪਿਆਰੇ ਸਹਿਬਾਨ ਦੇ ਚਰਨੀ ਸੁਹਾ ਕੇ ਨਵਾਬੀ ਦੀ ਖਿਲਤ ਮੈਨੂੰ ਬਖਸ਼ ਦਿੱਤੀ ਜਾਏ ਤੇ ਮੈਂ ਇਹਨੂੰ ਤਾਂ ਪਹਿਨਾਂਗਾ ਤੇ ਦੂਸਰੀ ਇਹ ਸੀ ਵੀ ਮੈਂ ਆਪਣੀ ਮਰਜ਼ੀ ਨਾਲ ਜਿਹੜੀ ਸੇਵਾ ਚਾਹਾਂ ਉਹ ਕਰ ਸਕਦਾ ਮੇਰੇ ਹੱਥੋਂ ਕੋਈ ਆ ਕੇ ਪੱਖਾ ਨਹੀਂ ਖੋਏਗਾ ਵੀ ਤੁਸੀਂ ਜਥੇਦਾਰ ਹੋ ਤੇ ਤੁਸੀਂ ਇਹ ਸੇਵਾ ਨਹੀਂ ਕਰ ਸਕਦੇ ਇਸ ਗੱਲ ਦੇ ਗਵਾਹ ਨੇ ਭਾਈ ਰਤਨ ਸਿੰਘ ਪੰਡੂ ਇਹ ਇਹ ਚੀਜ਼ਾਂ ਜਿਹੜੀਆਂ ਸਨ ਇਹਨਾਂ ਨੇ ਜੇ ਕੌਮ ਦੇ ਹਰ ਵਾਸੀंदे ਨੇ ਹਿੱਸੇ ਨੇ ਕੁਰਬਾਨੀ ਕੀਤੀ ਹੈ ਨਾ ਤਾਂ ਉਹਨਾਂ ਦੇ ਸਾਹਮਣੇ ਗੁਰੂ ਸਹਬਾਨਾਂ ਤੋਂ ਬਾਅਦ ਗੁਰੂਦਾਰ ਤੋਂ ਵੱਰੋਸਾਏ ਇਹੋ ਜੇ ਲੀਡਰ ਸਨ ਇਹੋ ਜੇ ਆਗੂ ਸਨ ਜਿਨ੍ਹਾਂ ਵੱਲ ਵੇਖ ਕੇ ਉਹਨਾਂ ਦੇ ਅੰਦਰ ਕੁਰਬਾਨੀ ਦਾ ਚਾਉ ਪੈਦਾ ਹੁੰਦਾ ਸੀ ਇਸ ਲਈ ਤੁਸੀਂ ਵੇਖੋ 18ਵੀਂ ਸਦੀ ਇੱਕ ਵੀ ਸੰਘਰਸ਼ ਸਿੱਖਾਂ ਨੇ ਵੇਚਿਆ ਨਹੀਂ ਨਾ ਹੀ ਵਿਕਣ ਦਿੱਤਾ ਕਿਉਂਕਿ ਗੁਰਬਾਣੀ ਦੀ ਰੰਗਤ ਵਿੱਚੋਂ ਸਤ ਸੰਗਤ ਵਿੱਚੋਂ ਖਾਲਸੇ ਦੇ دیਵਾਨਾ ਵਿੱਚੋਂ ਇੱਕ ਸਕੂਲਿੰਗ ਵਿੱਚੋਂ ਨਿਕਲ ਕੇ ਜਿਹੜਾ ਆਗੂ ਆਇਆ ਇੱਕ ਉਦਾਹਰਣ ਦੇਣਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਾਗ ਸਿੰਘ ਹੱਲੋਵਾਲੀਏ ਦੇ ਭਨੇਵੇਂ ਲੱਗਦੇ ਸਨ ਉਹ ਜਥੇਦਾਰ ਸਨ ਬੜੇ ਵੱਡੇ ਕੌਮ ਦੇ ਉਹਨਾਂ ਦਾ ਜ਼ਿਕਰ ਆਮ دیਵਾਨਾ ਚ ਬਹੁਤ ਘੱਟ ਚੱਲਦਾ ਜੱਸਾ ਸਿੰਘ ਆਲੂਵਾਲੀਆ ਛੋਟੇ ਹੁੰਦੇ ਮਾਤਾ ਸੁੰਦਰੀ ਜੀ ਕੋਲ ਰਹੇ ਦਿੱਲੀ ਤੇ ਬੰਦਾ ਜਿਸ ਖੇਤੇ ਵਿੱਚ ਰਹਿੰਦਾ ਤੇ ਪਲਦਾ ਹੈ ਉਤੋਂ ਦੀ ਜ਼ਬਾਨ ਬੋਲੀ ਸ਼ਬਦਾਵਲੀ ਉਹਦੀ ਜ਼ਬਾਨ ਤੇ ਚੜ ਜਾਂਦੀ। ਪੰਜਾਬ 'ਚ ਅਸੀਂ ਤੁਸੀਂ ਬੋਲਿਆ ਜਾਂਦਾ ਹੈ, ਤੂੰ ਮੈਂ ਬੋਲਿਆ ਜਾਂਦਾ ਹੈ। ਵੈਸੇ ਅੱਜ ਆਪਾਂ ਕਿਸੇ ਨੂੰ ਤੂੰ ਕਹਿੰਨੇ ਆ ਤੇ ਉਹ ਬੁਰਾ ਮਨ ਲਾਉਂਦਾ ਵੀ ਇਹਨੂੰ ਮੈਨਰਸ ਨਹੀਂ ਬੋਲਣ ਦਾ ਤਰੀਕਾ ਨਹੀਂ। ਪਰ ਸੱਚ ਇਹ ਹੈ ਵੀ ਤੁਸੀਂ ਅਸੀਂ ਕਿਤਾਬੀ ਬੋਲੀਏ, ਤੂੰ ਮੈਂ ਸਾਡੀ ਆਮ ਬੋਲੀ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਇਹਦੇ 'ਚ ਗੁਰੂ ਨੂੰ ਵੀ ਗੁਰਾ ਲਿਖਿਆ ਗੁਰਾ ਇੱਕ ਦੇਵੁਜਾਈ ਗੁਰਬਾਣੀ ਵਿੱਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਹਵਾਲੇ ਦੇ ਤੌਰ ਤੇ ਪ੍ਰਮਾਣਿਕ ਤੌਰ ਤੇ ਦਿੱਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਅਸੀਂ 네ਗੇਟਿਵ ਵੇ ਵਿੱਚ ਵਰਤਣਾ ਸ਼ੁਰੂ ਕਰ ਲਿਆ ਅੱਜ ਕੋਈ ਆ ਕੇ ਤੂੰ ਦੇ ਅਗਲਾ ਕਹਿੰਦਾ ਮੇਰੇ ਨਾਲ ਤੂੰ ਤੜਕ ਕਰਕੇ ਗੱਲ ਨਹੀਂ ਕਰਨੀ ਇਦਾ ਮਤਲਬ ਉਹਨੂੰ ਬੋਲੀ ਦੀ ਬੋਲੀ ਦਾ ਹੀ ਨਹੀਂ ਪਤਾ ਵੀ ਸ਼ਬਦ ਟਰੈਵਲ ਕੀ ਕਰਦੇ ਸ਼ਬਦ ਦੇ ਪਿੱਛੇ ਭਾਵਨਾ ਕੀ ਕੀ ਗੁਰੂ ਸਾਹਿਬ ਨੇ ਪਰਮੇਸ਼ਰ ਦੀ ਹੱਤ ਕੀਤੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋ ਕਿ ਹਾ ਕੜਾ ਜਿਉ ਕਿੰਨੀ ਵਾਰ ਮਹਾਰਾਜ ਨੇ ਇੰਨਾ ਸ਼ਬਦਾਂ ਦੀ ਇੱਕ ਸ਼ੋਰ ਸ਼ਬਦ ਆਪਾਂ ਅੱਜ ਕੱਲ ਇੱਕ ਸ਼ਬਦ ਪਖੰਡ ਜਿਹੜਾ ਹੈ ਨਾ ਪਖੰਡ ਕੋਈ ਵਿਖਾਵੇ ਬਾਜੀ ਕਰਦਾ ਹੋਵੇ ਅੰਦਰੋਂ ਖੋਖਲਾ ਹੋਵੇ ਤੇ ਵਿਖਾਵੇ ਕਰਦਾ ਹੋਵੇ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਸੱਚਾ ਬਣਦਾ ਆਪਾਂ ਉਹਨੂੰ ਕਹਿੰਨੇ ਆ ਪਖੰਡੀ ਉਹਦੇ ਲਈ ਆਪਾਂ ਇੱਕ ਸ਼ਬਦ ਵਰਤਣ ਲੱਗ ਪਏ ਇਹ ਇਹ ਇਹਨੇ ਬੜਾ ਡੰਬਰ ਰਾਜ ਰੱਖਿਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੋਜ਼ਿਟਿਵ ਵੇਚ ਆਇਆ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਚਾਉ ਭਇਆ ਪ੍ਰਭ ਆਵਤ ਸੁਣਿਆ ਹੁਣ ਗੁਰੂ ਸਾਹ ਉਥੇ ਡੰਬਰ ਦਾ ਮਤਲਬ ਕੀ ਹੈ ਸ਼ਾਨੋ ਸ਼ੌਕਤ ਸੁਪਨ ਖੂਬਸੂਰਤੀ ਤਾਮਚਾਮ ਜਿਹੜੀ ਚੀਜ਼ ਬੇਹੱਦ ਸੋਹਣੀ ਹੋਵੇ ਤੇ ਤਾਮਚਾਮ ਵਾਲੀ ਹੋਵੇ ਜਿਹਦੀ ਦਿੱਖ ਬੜੀ ਕਮਾਲ ਦੀ ਹੋਵੇ ਉਹਨੂੰ ਕਿਹਾ ਜਾਂਦਾ ਹੈ ਡੰਬਰ ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਵਰਤਿਆ ਅਨੰਦ ਸਾਹਿਬ ਦੀ ਬਾਣੀ ਚ ਤੇ ਆਪਾਂ ਇਹਨੂੰ ਕਿਵੇਂ ਵਰਤਦੇ ਆਂ ਇਹਨਾਂ ਤਾਂ ਵੇਖੋ ਜੀ ਅਡੰਬਰ ਰਚਿਆ ਹੋਇਆ ਇੱਥੇ ਪਖੰਡ ਨੂੰ ਅਡੰਬਰ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਖੰਡ ਨੂੰ ਅਡੰਬਰ ਨਹੀਂ ਕਿਹਾ ਪਖੰਡ ਸ਼ਬਦ ਵੀ ਵਰਤਿਆ ਪਖੰਡ ਪ੍ਰੇਮ ਨਾ ਪਾਈਏ ਪਰ ਅਸੀਂ ਉਹਨਾਂ ਸ਼ਬਦਾਂ ਨੂੰ 네ਗੇਟਿਵ ਵਿੱਚ ਅਸੀਂ ਕਦੇ ਧਿਆਨ ਨਹੀਂ ਰੱਖਿਆ ਇਹਨਾਂ ਗੱਲਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੁਬਾਰਕ ਬਾਣੀ ਦੇ ਵਿੱਚ ਜਿਹੜੀ ਸ਼ਬਦਾਵਲੀ ਉਹਦੀ ਐਸਟੈਬਲਿਸ਼ਮੈਂਟ ਹੋਵੇ ਉਹ ਬੋਲੀ ਜਾਏ ਉਹ ਵਰਤੋਂ ਚਾਏ ਉਹ ਜਿਹੜੀ ਹੈ ਆਮ ਬੋਲਚਾਲਤ ਵਿੱਚ ਜਦੋਂ ਆਏਗੀ ਤੇ ਸਾਨੂੰ ਕੱਲ ਨੂੰ ਟੀਕੇ ਚੁੱਕਣ ਦੀ ਜਾਂ ਸਾਨੂੰ ਕੋਸ਼ ਚੁੱਕਣ ਦੀ ਲੋੜ ਨਹੀਂ ਸੀ ਪੈਣੀ ਵੀ ਆਹ ਸ਼ਬਦ ਦੇ ਅਰਥ ਪੜ ਲਈਓ ਜਦੋਂ ਪੁਰਾਣੇ ਸਿੱਖਾਂ ਨੂੰ ਕੋਸ਼ ਲੈ ਕੇ ਸਮਝਾਉਂਦਾ ਸੀ ਉਦੋਂ ਤਾਂ ਆਖਰੀ ਵਿਦਿਆ ਵੀ ਨਹੀਂ ਸੀ ਹੁੰਦੀ ਕੋਈ ਡਿਕਸ਼ਨਰੀ ਚੁੱਕ ਕੇ ਇਹ ਤਾਂ 18ਵੀਂ ਸਦੀ ਤੋਂ ਬਾਅਦ ਡਿਕਸ਼ਨਰੀਆਂ ਲਿਖੀਆਂ ਜਾਣ ਲੱਗੀਆਂ ਕੋਸ਼ ਲਿਖੇ ਜਾਣ ਲੱਗੇ ਪਰਿਆਏ ਲਿਖੇ ਜਾਣ ਲੱਗੇ ਉਥਾਨਕਾਂਵਾਂ ਲਿਖੀਆਂ ਜਾਣ ਲੱਗੀਆਂ ਟੀਕੇ ਲਿਖੇ ਜਾਣ ਲੱਗੇ 19ਵੀਂ ਸਦੀ ਦੇ ਪਹਿਲੇ ਅੱਧੇ 'ਚ ਆ ਕੇ ਨਹੀਂ ਤਾਂ ਜ਼ੁਬਾਨੀ ਕੰਮ ਚੱਲਦਾ ਸੀ ਤੇ ਉਹ ਜ਼ੁਬਾਨੀ ਵੀ ਤਾਂ ਚੱਲ ਜਾਂਦਾ ਸੀ ਕਿਉਂਕਿ ਬੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਦੀ ਪਰਮਾਰ ਸੀ ਔਰ ਕਿਸੇ ਨੂੰ ਦੱਸਣਾ ਨਹੀਂ ਸੀ ਪੈਂਦਾ ਵੇ ਸ਼ਬਦ ਦਾ ਅਰਥ ਆ ਨਾ ਪੜਨ ਵਾਲਿਆਂ ਨੂੰ ਵੀ ਜਦੋਂ ਉਹਦਾ ਅਰਥ ਕਰਕੇ ਦੱਸਣ ਵਾਲਾ ਦੱਸ ਦੇਂਦਾ ਸੀ ਉਹਨਾਂ ਦੀ ਬੋਲੀ ਤਾਂ ਉਹਨਾਂ ਨੂੰ ਸੌਖਿਆਂ ਸਮਝ ਆ ਜਾਂਦਾ ਸੀ ਕਿ ਇਹ ਬਿਨਾ ਟੀਕੇ ਪੜਨ ਤੋਂ ਅੱਜ ਸਾਡੇ ਫੋਨ 'ਚ ਸਾਰਾ ਕੁਝ ਹੈ ਤਾਂ ਵੀ ਪੰਤੀ ਸਾਨੂੰ ਸਮਝ ਵਿੱਚ ਜੇ ਨਹੀਂ ਆਉਂਦੀ ਤਾਂ ਉਹਦਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਤੋਂ ਅਸੀਂ ਪੂਰੀ ਤਰ੍ਹਾਂ ਦੂਰ ਹੋ ਗਏ ਬੋਲੀ ਤੋਂ ਦੂਰ ਹੋ ਗਏ ਔਰ ਇਹ ਜਿੰਨੀ ਦੂਰੀ ਵੱਧਦੀ ਜਾਏਗੀ ਸਾਡਾ ਹਾਲ ਸੰਸਕ੍ਰਿਤ ਵਾਲਾ ਹੋਏਗਾ ਵੀ ਜਿਵੇਂ ਵੇਦਾਂ ਨੂੰ ਕੁਝ ਬੰਦੇ ਹੀ ਪੜ ਸਕਦੇ ਨੇ ਇੱਕ ਸ਼੍ਰੇਣੀ ਪੜ ਸਕਦੀ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸ਼੍ਰੇਣੀ ਪੜਿਆ ਕਰੇ ਜੇ ਅੱਜ ਸਾਡਾ ਇਹ ਹਾਲ ਹੈ ਜਰਾ ਸੋਚ ਕੇ ਵੇਖੋ ਵੀ ਅੱਜ ਤੋਂ 100 ਸਾਲ ਬਾਅਦ ਸਾਡਾ ਕੀ ਹਸ਼ਰ ਹੋਣਾ ਜੀ ਅਸੀਂ ਪੰਜਾਬੀ ਜ਼ੁਬਾਨ ਗੁਰਮੁਖੀ ਜ਼ੁਬਾਨ ਤੋਂ ਖਹਿੜਾ ਛੁਡਾ ਲਿਆ ਤੇ ਸਾਡਾ ਹਸ਼ਰ ਕੀ ਹੋਏ ਉਹ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਦਾ ਮੈਂ ਜ਼ਿਕਰ ਕਰ ਰਿਹਾ ਖੈਰ ਜਸਾ ਸਿੰਘ ਆਲੂ ਵਾਲੀਆ ਛੋਟੇ ਹੁੰਦੇ ਪੜੇ ਸਨ ਮਾਤਾ ਸੁੰਦਰੀ ਜੀ ਦੇ ਕੋਲ ਤੇ ਅੰਮ੍ਰਿਤਸਰ ਆ ਗਏ ਆਪਣੀ ਮਾਤਾ ਜੀ ਦੇ ਨਾਲ ਇੱਥੇ ਆ ਕੇ ਉਹ ਖਾਲਸੇ ਦੇ ਦੀਵਾਨ ਵਿੱਚ ਇਹਨਾਂ ਦੇ ਮਾਤਾ ਜੀ ਸਰੰਦੇ ਨਾਲ ਕੀਰਤਨ ਕਰਦੇ ਸਨ ਤੇ ਕਈ ਵਾਰ ਉਹ ਦਰਬਾਰ ਸਾਹਿਬ ਵਿੱਚ ਵੀ ਕੀਰਤਨ ਕਰ ਚੁੱਕੇ ਸਨ ਮੈਨੂੰ ਕੁਝ ਸ਼ਬਦ ਬੜੇ ਉਲਝਾਉ ਲੱਗਦੇ ਨੇ ਮੈਨੂੰ ਮੁਆਫ ਕਰਨਾ ਅਸੀਂ ਅਕਸਰ ਕਹਿ ਦਿੰਨੇ ਆ ਵੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਵੇਲੇ ਦੀ ਮਰਿਆਦਾ ਚੱਲਦੀ ਹੈ ਐਸਾ ਨਹੀਂ ਹੈ ਮੁਆਫ ਕਰਨਾ ਇਹ ਗੱਲ ਹੋ ਸਕਦਾ ਤੁਹਾਨੂੰ ਅਟਪਟੀ ਜੀ ਲੱਗੇ ਮੈਂ ਪ੍ਰਸ਼ਨ ਕਰਦਾ ਕਈ ਵਾਰ ਕਈ ਸੱਜਣਾ ਨੂੰ ਕਈ ਬੜੇ ਤਤਵੇਤਾ ਗੁਰਮੁਖ ਜਾਨ ਵਿਦਵਾਨ ਜਾਨ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਈ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਤਾਂ ਦਰਬਾਰ ਸਾਹਿਬ ਬਣਿਆ ਹੀ ਨਹੀਂ ਦਰਬਾਰ ਸਾਹਿਬ ਦੀ ਇਮਾਰਤ ਤਾਂ ਗੁਰੂ ਅਰਜਨ ਸਾਹਿਬ ਨੇ ਬਣਵਾਈ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ ਮਰਿਆਦਾ ਬਹਾਲ ਹੋਈ ਉਹਦੇ ਵੀ ਤੁਸੀਂ ਕੋਈ ਵੀ ਪੁਰਾਣਾ ਇਤਿਹਾਸਕ ਐਵੀਡੈਂਸ ਲਿਆਓ ਉਹਦੇ ਚ ਸਾਰਿਆਂ ਚ ਜ਼ਿਕਰ ਹੈ ਮਹਾਰਾਜ ਸਵੇਰ ਸ਼ਾਮ ਦਾ ਉਥੇ ਦੀਵਾਨ ਲਾਉਂਦੇ ਸਨ ਫਿਰ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਸਮੇਂ ਦਾ ਦੀਵਾਨ ਦਰਬਾਰ ਸਾਹਿਬ ਚ ਲਾਇਆ ਤੇ ਸ਼ਾਮ ਦਾ ਦੀਵਾਨ ਮਹਾਰਾਜ ਅਕਾਲ ਬੁੰਗੇ ਅਕਾਲ ਤਖਤ ਸਾਹਿਬ ਤੇ ਲਾਉਂਦੇ ਸਨ ਫਿਰ 6ਵੇਂ ਪਾਤਸ਼ਾਹ ਕੀਰਤਪੁਰ ਚਲੇ ਗਏ ਚਾਰ ਜੰਗਾਂ ਲੜਨ ਤੋਂ ਬਾਅਦ ਤੇ ਅੰਮ੍ਰਿਤਸਰ ਦੇ ਇਸ ਸਥਾਨ ਦਾ ਪ੍ਰਬੰਧ ਬਾਬਾ ਪਿਰਥੀ ਚੰਦ ਦੀ ਔਲਾਦ ਕੋਲ ਰਿਹਾ। ਪਹਿਲਾਂ ਉਹਨਾਂ ਨੇ ਪ੍ਰਬੰਧ ਬੜਾ ਵਧੀਆ ਕੀਤਾ। ਅਖੀਰ ਤੇ ਆ ਕੇ ਉਹਨਾਂ ਦੇ ਪੋਤਰਿਆਂ ਨੇ ਪ੍ਰਬੰਧ ਵਿੱਚ ਹੀਰਾ ਫੇਰੀ ਤੇ ਵਿਗਾੜ ਕਰਨਾ ਸ਼ੁਰੂ ਕਰਨ ਕਾਰਨ ਉਹ ਆਪ ਆਪਣੀ ਪ੍ਰਬੰਧ ਵਿੱਚ ਇਹਨੇ బిਜੀ ਰਹੇ ਵੀ ਉਹਨਾਂ ਨੇ ਇਹ ਪ੍ਰਬੰਧ ਅੱਗੇ ਬੰਦੇ ਰੱਖ ਲੈ ਕਰਨ ਵਾਸਤੇ ਵੀ ਤੁਸੀਂ ਐਵੇਂ ਕਰਨਾ ਤੇ ਉਹ ਹੰਕਾਰੇ ਗਏ। ਨੌਵੇਂ ਪਾਤਸ਼ਾਹ ਜਦੋਂ ਦਰਬਾਰ ਸਾਹਿਬ ਆਏ ਤੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਾ ਮਿਲੀ ਉਹ ਡਰ ਦੇ ਮਾਰੇ ਦਰਵਾਜ਼ੇ ਬੰਦ ਕਰਕੇ ਦੌੜ ਗਏ ਵੀ ਖੌਰੇ ਗੁਰੂ ਤੇਗ ਬਹਾਦਰ ਸਾਹਿਬ ਇਥੋਂ ਦਾ ਕੰਟਰੋਲ ਜਾਂ ਕਬਜ਼ਾ ਲੈਣ ਆਏ। ਸ੍ਰੀ ਅਕਾਲ ਤਖਸਾਲ ਮਹਾਰਾਜ ਦੀ ਬਿਲਕੁਲ ਖੱਬੀ ਬਾਈ ਗੁਰੂ ਤੇਗ ਬਹਾਦਰ ਸਾਹਿਬ ਦਾ ਉਥੜਾ ਸਾਬ ਅਸਥਾਨ ਬਣਿਆ ਜਿੱਥੇ ਮਹਾਰਾਜ ਬੈਠ ਕੇ ਦੀਵਾਨ ਲਾ ਕੇ ਇਥੋਂ ਵਾਪਸ ਚਲੇ ਗਏ। ਵੱਲੇ ਪਿੰਡ ਗਏ। ਫਿਰ ਸੰਗਤ ਨਾਲ ਆਈ ਤੇ ਉਹਨਾਂ ਨੇ ਆ ਕੇ ਫੇਟ ਲਾਨਤ ਕੀਤੀ ਮਸੰਦਾਂ ਦੀ ਉਹਨਾਂ ਮਾਫੀ ਮੰਗੀ ਵੀ ਸਾਨੂੰ ਇਹ ਭੁਲੇਖਾ ਪਿਆ ਸੀ ਕਾਰਨ ਇਹ ਸੀ ਅਸਲ 'ਚ ਕੁਝ ਗੱਲਾਂ ਐਵੇਂ ਬਣ ਜਾਂਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ਬਾਬਾ ਬਕਾਲੇ ਤੋਂ ਭਾਈ ਮੱਖਣ ਸ਼ਾਹ ਦੇ ਹਥਿਆਰਬੰਦ ਆਦਮੀ ਮਹਾਰਾਜ ਦੇ ਨਾਲ ਸਨ ਮਸੰਦ ਦੇ ਵੇਖ ਕੇ ਡਰ ਗਏ ਵੀ ਹਥਿਆਰਬੰਦ ਬੰਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਆਏ ਨੇ ਖੋਰੇ ਸਾਡੇ ਤੋਂ ਕਬਜ਼ਾ ਲੈ ਲੈਣਗੇ ਸਾਡੇ ਕੋਲੋਂ ਕਬਜ਼ਾ ਲੈ ਲਿਆ ਤੇ ਸਾਨੂੰ ਸਾਡੇ ਮਾਲਕ ਪੁੱਛਣਗੇ ਪੀ ਤੁਸੀਂ ਦਰਵਾਜ਼ੇ ਖੁੱਲੇ ਛੱਡ ਦਿੱਤੇ ਸਨ ਹੁਣ ਉਹਨਾਂ ਨੂੰ ਵਿਚਲੀ ਗੱਲ ਦਾ ਨਹੀਂ ਸੀ ਪਤਾ ਵੀ ਮਹਾਰਾਜ ਦੇ ਨਾਲ ਇਹ ਅੰਗ ਰੱਖਿਆ ਕੋ ਉਹਨਾਂ ਦੇ ਸਿੱਖ ਨੇ ਤੇ ਮਹਾਰਾਜ ਇੱਥੇ ਕੇਵਲ ਆਪਣੇ ਪੁਰਖਿਆਂ ਦੇ ਅਸਥਾਨ ਤੇ ਆਏ ਨੇ ਕੋਈ ਕਬਜ਼ਾ ਲੈਣ ਨਹੀਂ ਆਏ ਫਿਰ ਵੀ ਮਹਾਰਾਜ ਨੇ ਉਹਨਾਂ ਕੋਲੋਂ ਪ੍ਰਬੰਧ ਨਹੀਂ ਖੋਇਆ ਧਿਆਨ ਚ ਰੱਖਣਾ ਜਿਸ ਵੇਲੇ ਉਹਨਾਂ ਚ ਆਪਸੀ ਮਤਭੇਦ ਪੈਣ ਲੱਗ ਪਏ ਬਾਬਾ ਪਿਰਤੀ ਚੰਦ ਦੀ ਔਲਾਦ ਵਿੱਚ ਆਪਸੀ ਮਤਭੇਦ ਵਧ ਗਿਆ ਉਹਨਾਂ ਤੋਂ ਪ੍ਰਬੰਧ ਸਹੀ ਨਹੀਂ ਸੀ ਹੋ ਰਿਹਾ ਸੋਢੀ ਕਵਲ ਲੈਨ ਦੀ ਔਲਾਦ ਦੇ ਪਾਸ ਇਹ ਪ੍ਰਬੰਧ ਸੀ 10ਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਸੰਗਤ ਗਈ ਉਹਨਾਂ ਜਾ ਕੇ ਬੇਨਤੀ ਕੀਤੀ ਮਹਾਰਾਜ ਉਥੋਂ ਦਾ ਪ੍ਰਬੰਧ درست ਨਹੀਂ ਫਿਰ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਵਾਸਤੇ ਇਹ ਸਵਾਲ ਅਜੇ ਵੀ ਧਰਮ ਪ੍ਰਚਾਰਕਾਂ ਤੇ ਵਿਦਵਾਨਾਂ ਦੇ ਐਨ ਟੇਬਲ ਤੇ ਸਾਹਮਣੇ ਪਿਆ ਹੈ ਪੀ ਅਸੀਂ 24 ਘੰਟੇ ਜਦੋਂ ਬਾਬਾ ਪਿਰਥੀਚੰਦ ਨੂੰ ਹੀ ਕੋਸਦੇ ਰਹਿੰਨੇ ਆ ਤਾਂ ਇਹ ਸਵਾਲ ਦਾ ਜਵਾਬ ਕੋਈ ਨਹੀਂ ਦਿੰਦਾ ਪੀ ਉਹਦੀ ਔਲਾਦ ਕੋਲੋਂ ਮਹਾਰਾਜ ਨੇ 2-3 ਪੀੜੀਆਂ ਪ੍ਰਬੰਧ ਖੋਇਆ ਕਿਉਂ ਨਾ ਲਿਆ ਕਿਉਂ ਨਾ ਇੱਕ ਮਨੁੱਖ ਦੇ ਮਾੜੇ ਹੋਣ ਨਾਲ ਉਹਦੀ ਕੁੱਲ ਮਾੜੀ ਨਹੀਂ ਹੋ ਜਾਂਦੀ ਇੱਕ ਮਨੁੱਖ ਦੇ ਗਲਤ ਹੋ ਜਾਣ ਨਾਲ ਉਹਦੀ ਔਲਾਦ ਮਾੜੀ ਨਹੀਂ ਹੁੰਦੀ ਹਰਨਾਕਸ਼ ਦੇ ਘਰ ਪ੍ਰਲਾਦ ਜਨਮ ਲੈਂਦਾ ਤੇ ਤ੍ਰੂ ਦਾ ਪਿਓ ਮਨ ਦਾ ਸਾਫ ਨਹੀਂ ਤੁਸੀਂ ਆਪ ਸੋਚ ਕੇ ਵੇਖੋ ਕੋਈ ਜ਼ਰੂਰੀ ਨਹੀਂ ਜੇ ਪਿਤਾ ਦੇ ਕਰਮ ਮਾੜੇ ਨੇ ਤੇ ਪੁੱਤਰ ਦੇ ਵੀ ਹੋਣ ਤੇ ਕੋਈ ਜ਼ਰੂਰੀ ਨਹੀਂ ਜੇ ਪਿਤਾ ਦੇ ਕਰਮ ਚੰਗੇ ਨੇ ਤੇ ਪੁੱਤਰ ਦੇ ਵੀ ਹੋਣ ਗੁਰੂ ਸਾਹਿਬ ਨੇ ਕਦੇ ਕਿਸੇ ਕੁੱਲ ਨੂੰ ਈਟ ਨਹੀਂ ਕੀਤਾ ਕਿਸੇ ਖਾਨਦਾਨ ਕਿਸੇ ਜਾਤ ਨੂੰ ਕਿਸੇ ਬਰਾਦਰੀ ਨੂੰ ਕਿਸੇ ਮਜ਼ਬੂ ਨੂੰ ਨਹੀਂ ਭੰਡਿਆ ਉਹਨਾਂ ਨੇ ਇਨਸਾਨ ਦੇ ਕਰਮ ਦੀ ਗੱਲ ਕੀਤੀ ਉਹਨਾਂ ਕਿਹਾ ਤੁਹਾਡਾ ਕਰਮ ਤੁਹਾਡਾ ਹੈ ਦੂਜੇ ਦਾ ਕਰਮ ਦੂਜਾ ਹੈ ਹਰ ਬੰਦਾ ਆਪਣੇ ਕੰਮਾਂ ਦਾ ਜਵਾਬ ਦੇ ਹੈ ਕਰਮੀ ਆਪੋ ਆਪਣੀ ਹੈ ਕੋਈ ਕਿਸੇ ਦੇ ਕਰਮਾਂ ਦਾ ਸਾਥੀ ਨਹੀਂ ਬਣ ਸਕਦਾ ਜ਼ਿੰਮੇਵਾਰ ਨਹੀਂ ਬਣ ਸਕਦਾ ਅਸੀਂ ਕਰਮਾਂ ਦੇ ਜ਼ਿੰਮੇਵਾਰ ਉਦੋਂ ਬਣਦੇ ਆ ਜਦੋਂ ਦੂਜੇ ਨੂੰ ਮਾੜਾ ਕਰਮ ਕਰਨ ਵਾਸਤੇ ਉਪਸਾਉਨੇ ਆ ਵਰਨਾ ਜੋ ਮੇਰੇ ਮਾਰੇ ਮਾੜੇ ਕਰਮ ਨੇ ਨਾ ਮੇਰੇ ਬਜ਼ੁਰਗਾਂ ਦੇ ਉਹ ਹੋਣਗੇ ਤੇ ਨਾ ਮੇਰੀ ਔਲਾਦ ਉਹਨਾਂ ਦੀ ਜ਼ਿੰਮੇਵਾਰ ਉਹ ਮੇਰੇ ਕਰਮੀ ਆਪੋ ਆਪਣੀ ਲਿਖਿਆ ਨਾ ਬਾਣੀ ਚ ਵੀ ਆਪਣੇ ਆਪਣੇ ਕਰਮਾਂ ਦਾ ਮਲੋਕ ਆਪ ਹੀ ਜ਼ਿੰਮੇਵਾਰ ਹੈ ਖੈਰ ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਮਰਿਆਦਾ ਬਹਾਲ ਹੋਈ ਇਸ ਤੋਂ ਬਾਅਦ ਸਮਾ ਆਇਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਖਾਲਸਾ ਜੀ ਨੇ ਆਪਣਾ ਰਾਜ ਕਾਇਮ ਕਰ ਲਿਆ ਬੜੀ ਲੰਮੀ ਤਪੱਸਿਆ ਤੋਂ ਬਾਅਦ ਤੇ ਸ਼ੇਰੇ ਪੰਜਾਬ ਨੇ ਕਈ ਗੁਰਦੁਆਰਾ ਸਹਿਬਾਨ ਬਣਵਾਏ ਜਿਹੜੇ ਮੁਗਲਾਂ ਵੇਲੇ ਢਾ ਢੇਰੀ ਕੀਤੇ ਗਏ ਉਹਨਾਂ ਦੀ ਤਾਮੀਰ ਕੀਤੀ ਉਹ ਸਾਰੀ ਕੀਤੀ ਸਿੱਖ ਸਰਦਾਰਾਂ ਨੇ ਪੈਸਾ ਖਰਚਿਆ ਜ਼ਗੀਰਦਾਰ ਸਿੱਖਾਂ ਨੇ ਪੈਸਾ ਖਰਚਿਆ ਸਰਾਵਾਂ ਬਣਾਈਆਂ ਬੁੰਗੇ ਬਣਾਏ ਔਰ ਗੁਰਦੁਆਰਾ ਸਹਿਬਾਨਾਂ ਦੀਆਂ ਇਮਾਰਤਾਂ ਪੱਥਰ ਮਾਰਬਲ ਜੋ ਕੁਝ ਵੀ ਉਹ ਕਰ ਸਕਦੇ ਸਾਨੂੰ ਨਾਲ ਸੇਵਾਵਾਂ ਕੀਤੀ ਇਹ ਹਿਸਟਰੀ ਹੈ ਮਹਾਰਾਜਾ ਸਾਹਿਬ ਉਹਨਾਂ ਨੇ ਜਗੀਰਾਂ ਤੇ ਜ਼ਮੀਨਾਂ ਗੁਰਦੁਆਰਿਆਂ ਦੇ ਨਾਲ ਖੁੱਲੀਆਂ ਲਵਾਈਆਂ ਉਹਦੇ ਜ਼ਮੀਨਾਂ ਵੀ ਖੁੱਲੀਆਂ ਸਨ ਪਾਪੂਲੇਸ਼ਨ ਘੱਟ ਸੀ ਮਹਾਰਾਜਾ ਸਾਹਿਬ ਦੀ ਇਹ ਸੋਚ ਸੀ ਉਹਨੂੰ ਧਰਮਸ਼ਾਲਾ ਦੇ ਵਿੱਚ ਸੇਵਾ ਕਰਨ ਵਾਲੇ ਨੂੰ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਵੀ ਕਿਸੇ ਕੋਲੋਂ ਮੰਗ ਕੇ ਨਾ ਲਿਆਉਣਾ ਪਵੇ ਇਥੋਂ ਦਾ ਖਰਚਾ ਇਥੋਂ ਦੀ ਜਾਗੀਰ ਦੇ ਵਿੱਚੋਂ ਹੋਵੇ ਉਹਦੀ ਆਮਦਨ ਆਵੇ ਤੇ ਉਹ ਆਮਦਨ ਦੇ ਨਾਲ ਹੀ ਇਮਾਰਤ ਦੀ ਜ਼ਿੰਮੇਵਾਰੀ ਤੇ ਹੋਰ ਬਾਕੀ ਪ੍ਰਬੰਧ ਤੇ ਸਾਰਾ ਕੁਝ ਚੱਲੇ ਇੱਕ ਚੰਗੀ ਸੋਚ ਸੀ ਅੱਜ ਵੀ ਆਪਾਂ ਇਵੇਂ ਹੀ ਕਰਦੇ ਆਂ ਪੀ ਚੰਗੀ ਬਿਲਡਿੰਗ ਹੋਵੇ ਉਤੋਂ ਦਾ ਪ੍ਰਬੰਧ ਚੰਗਾ ਜਿਹੜੀ ਵੀ ਸੰਸਥਾ ਕੋਈ ਬਣਾਉਂਦਾ ਹੈ ਉਹ ਸੰਸਥਾ ਦਾ ਚੰਗਾ ਪ੍ਰਬੰਧ ਕਰਨ ਲਈ ਉਹ ਆਰਥਿਕ ਤੌਰ ਦੇ ਇਕਨੋਮਿਕਲੀ ਵੀ ਉਹਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਕ ਚੀਜ਼ ਦਾ ਆਪਾਂ ਹਮੇਸ਼ਾ ਧਿਆਨ ਰੱਖੀਏ ਪੀ ਉਹਨਾਂ ਸਮਿਆਂ ਦੇ ਵਿੱਚ ਮਹਾਰਾਜਾ ਸਾਹਿਬ ਦੀ ਇਹ ਸੋਚ ਸੀ ਵੀ ਧਰਮਸ਼ਾਲਾਵਾਂ ਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਿਸੇ ਤੇ ਡਿਪੈਂਡ ਨਾ ਹੋਣਾ ਪਵੇ ਵਕਤ ਬਾ ਵਕਤ ਬੜਾ ਸੋਹਣਾ ਪ੍ਰਬੰਧ ਚੱਲਦਾ ਰਿਹਾ ਮਹਾਰਾਜਾ ਸਾਹਿਬ 1849 ਦੇ ਵਿੱਚ ਕਿਮਾ ਕਰਨਾ 1839 ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਇਹ ਸਾਡੀ ਸਿੱਖ ਇਤਿਹਾਸ ਵਿੱਚ ਸਿੱਖਾਂ ਦੀ ਕਿਸਮਤ ਦਾ ਸਭ ਤੋਂ ਮਾੜਾ ਦਿਨ ਸੀ ਇਸ ਨੂੰ ਕਵੀਆਂ ਨੇ ਲਿਖਿਆ ਕੱਲਾ ਸ਼ੇਰ ਦੀ ਚਿਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਇੱਕ ਬੰਦੇ ਦੀ ਚਿਖਾ ਬਲੀ ਤੇ ਸਾਡਾ ਭੁਵੇਕੀ ਸੜ ਕੇ ਸੁਆਹੂ। ਕੁਝ ਬੰਦੇ ਹੁੰਦੇ ਨੇ ਖਾਨਦਾਨਾਂ ਨੂੰ ਉਚਾਈਆਂ ਤੇ ਲੈ ਜਾਂਦੇ ਨੇ, ਕੁਝ ਡੇਗ ਜਾਂਦੇ ਨੇ। ਕੁਝਨਾਂ ਨੂੰ ਮਹਾਰਾਜ ਨੇ ਬਰਕਤ ਬਖਸ਼ੀ ਹੁੰਦੀ ਐ ਵੀ ਉਹਨਾਂ ਨੇ ਅੱਗੇ ਲੱਗ ਕੇ ਕੋਈ ਵੜਿਆਈ ਖੱਟਣੀ ਐ ਤੇ ਕੌਮ ਨੂੰ ਕਿਸੇ ਜਗ੍ਹਾ ਤੇ ਕਿਸੇ ਤਲ ਤੇ ਪਹਚਾ ਦੇ। ਅੱਜ 20 ਗੁਣਾ ਕੱਡੀਆਂ ਜਾ ਸਕਦੀਆਂ ਨੇ ਸ਼ੇਰੇ ਪੰਜਾਬ 'ਚ। 20 ਗਲਤੀਆਂ ਕੱਡੀਆਂ ਜਾ ਸਕਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਵਿੱਚ। ਪਰ ਉਸ ਮਰਦ ਬਹਾਦਰ ਵਰਗਾ ਅੱਜ ਤੱਕ ਇੱਕ ਵੀ ਸੂਰਮਾ ਸਿੱਖਾਂ ਚ ਦੁਬਾਰਾ ਪੈਦਾ ਨਹੀਂ ਹੋ ਸਕਿਆ ਜਿਸ ਨੇ ਸਿੱਖਾਂ ਨੂੰ ਰਾਜੇ ਹੋਣ ਦਾ ਮਾਣ ਦਿਵਾਇਆ ਹੋਵੇ ਤੇ ਜਿਨ ਨੇ ਅਫਗਾਨੀਆਂ ਦਾ ਰਾਹ ਰੋਕ ਕੇ ਪੰਜਾਬ ਨੂੰ ਅਫਗਾਨਿਸਤਾਨ ਦੇ ਹਿੱਸੇ ਚੋਂ ਕੱਢ ਕੇ ਆਜ਼ਾਦ ਪੰਜਾਬ ਬਣਾਇਆ ਹੋਵੇ ਐਡਾ ਵੱਡਾ ਪੰਜਾਬ ਹਿਸਟਰੀ ਚ ਕਦੇ ਨਕਸ਼ੇ ਦੇ ਉੱਤੇ ਨਹੀਂ ਆਇਆ ਜਿੰਨਾ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਨੇ ਪੈਦਾ ਕੀਤਾ ਉਹਦੇ ਵਿੱਚ ਯੋਗਦਾਨ ਬੜੇ ਲੋਕਾਂ ਦਾ ਹੈ ਕੁਰਬਾਨੀਆਂ ਬੜੇ ਲੋਕਾਂ ਦੀਆਂ ਨੇ ਪਰ ਆਗੂ ਦਾ ਜ਼ਿਕਰ ਹੀ ਚੱਲਣਾ ਹੈ ਨਾ ਜੀ ਮਹਾਰਾਜਾ ਸਾਹਿਬ ਚਲਾਣਾ ਕਰਕੇ 10 ਸਾਲਾਂ ਚ ਸਾਡਾ ਰਾਜ ਤਬਾ ਹੋਇਆ ਧਰਮ ਸ਼ਾਲਾਵ ਗੁਰਦੁਆਰਿਆਂ ਦੇ ਨਾਲ ਬੜੀਆਂ ਖੁੱਲੀਆਂ ਜ਼ਮੀਨਾਂ ਸਨ ਚੰਗੀ ਆਮਦਨ ਸੀ ਵੱਡੇ ਗੁਰਦੁਆਰੇ ਜਿਹੜੇ ਸਨ ਪਿੰਡਾਂ 'ਚ ਤਾਂ ਗੁਰਦੁਆਰੀ ਨਹੀਂ ਸਨ ਹੁੰਦੇ ਵੱਡੇ ਗੁਰਦੁਆਰਿਆਂ 'ਚ ਹੀ ਲੋਕ ਸੰਗਤਾਂ ਕਰਨ ਜਾਂਦੇ ਸਨ ਧਰਮ ਪ੍ਰਚਾਰਕ ਹੀ ਪਿੰਡਾਂ 'ਚ ਜਾ ਜਾ ਕੇ ਪ੍ਰਚਾਰ ਕਰਦੇ ਸਨ ਕਦੇ ਵੀ ਆਪਣੇ ਦਾਦਿਆਂ ਪਰਦਾਦਿਆਂ ਦੇ ਸਮੇਂ ਉਹਨਾਂ ਨੂੰ ਪੁੱਛੋ ਇਿੱਤ ਗੁਰਦੁਆਰੇ ਕਿੰਨੇ ਸਨ ਪਿੰਡ 'ਚ ਅੱਜ ਤਾਂ ਪਤੀਵਾਰ ਗੁਰਦੁਆਰੇ ਨੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਨੇ ਬਰਾਦਰੀਆਂ ਦੇ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਹੁੰਦਾ ਨਾ ਕਿ ਬਰਾਦਰੀ ਦੇ ਨਾਂ ਤੇ ਗੁਰਦੁਆਰਾ ਹੁੰਦਾ ਸੀ ਨਾ ਜਾਤ ਦੇ ਨਾਂ ਤੇ ਨਾ ਪਤੀਵਾਰ ਇੰਨੇ ਗੁਰਦੁਆਰੇ ਨਹੀਂ ਸਨ ਪਿੰਡਾਂ 'ਚ ਇਲਾਕੇ 'ਚ ਇੱਕ ਗੁਰਦੁਆਰਾ ਹੁੰਦਾ ਤੇ ਉੱਥੇ ਲੋਕਾਂ ਨੇ ਮੱਸਿਆ ਸੰਗਰਾਦ ਪੂਰਨ ਮਾਸ਼ੀ ਇਹਨਾਂ ਦਿਨਾਂ ਦੇ ਉੱਤੇ ਦਿਵਾਨ ਲੱਗਦੇ ਸਨ ਤੇ ਸੌਖੇ ਸਾਨੇ ਦਿਨ ਧਿਆਨ ਵਿੱਚ ਰੱਖਣੇ ਲੋਕ ਉੱਥੇ ਜਾਂਦੇ ਸਨ ਅੰਗਰੇਜ਼ਾਂ ਨੇ ਸਿੱਖਾਂ ਨੂੰ ਨੇ ਹੱਥੇ ਵੀ ਕਰ ਲਿਆ ਉਹਨਾਂ ਦੀ ਫੌਜ ਵਿੱਚੋਂ ਭਰਤੀਬੰਦ ਕਰਕੇ ਫੌਜਾਂ ਤੋੜ ਦਿੱਤੀਆਂ ਗਈਆਂ ਜੁਨੀਅਨ ਜੈਕ ਦਾ ਝੰਡਾ ਪੰਜਾਬ ਤੇ ਲਾਹੌਰ ਦੇ ਕਿਲੇ ਤੇ ਚੁਲਾ ਦਿੱਤਾ ਗਿਆ ਸਾਰਾ ਕੁਝ ਕੈਪਚਰ ਕਰਨ ਤੋਂ ਬਾਅਦ ਉਹ ਜਾਣਦੇ ਸਨ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ ਜਿੰਨਾ ਚਿਰ ਕਮਜ਼ੋਰ ਨਾ ਕੀਤਾ ਗਿਆ ਉਹਨਾਂ ਚਿਰ ਇਹਨਾਂ ਦੇ ਅੰਦਰ ਦੀ ਸਪਿਰਟ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇੱਕ ਸ਼ਬਦ ਮੈਂ ਕਿ ਮਾਮਾਂ ਆ ਕੇ ਕਹਿੰਦਾ ਹਾਂ ਤੁਸੀਂ ਕਿਸੇ ਵੀ ਵਿਦਵਾਨ ਸੱਜਣ ਨੂੰ ਪੁੱਛੋ ਵੀ ਅਰਦਾਸ ਹੁੰਦੀ ਹੈ ਹਰ ਗੁਰਦੁਆਰਾ ਸਾਹਿਬ ਚ ਅਰਦਾਸ ਤੋਂ ਮਗਰੋਂ ਅਸੀਂ ਦੋਰਾ ਪੜਦੇ ਆਂ ਤੇ ਜਕਾਰਾ ਗਜਾਉਂਦੇ ਪਰ ਸ੍ਰੀ ਦਰਬਾਰ ਸਾਹਿਬ ਚ ਕਿਉਂ ਨਹੀਂ ਗਜਾਉਂਦੇ ਜਦੋਂ ਭਾਈ ਮਨੀ ਸਿੰਘ ਇੱਥੇ ਸਨ ਉਦੋਂ ਜਕਾਰਾ ਲਾਇਆ ਦਸਮ ਪਾਤਸ਼ਾਹ ਨੇ ਭੇਜਿਆ ਹੋਵੇ ਭਾਈ ਮਨੀ ਸਿੰਘ ਨੂੰ ਤੇ ਭਾਈ ਮਨੀ ਸਿੰਘ ਜੀ ਦਸਮ ਪਾਤਸ਼ਾਹ ਦਾ ਜਕਾਰਾ ਲਾਣ ਲਵਣੇ ਹੋ ਨਹੀਂ ਸੀ ਸਕਦਾ ਲੰਮਾ ਸਮਾ ਖਾਲਸਾ ਇਥੇ ਸਰਬੱਤ ਖਾਲਸਾ ਕਰਦਾ ਰਿਹਾ ਹੋਵੇ ਇਥੇ ਨਵਾਬ ਕਪੂਰ ਸਿੰਘ ਹੋਣੀ ਹੋਣ ਇਥੇ ਜੱਸਾ ਸਿੰਘ ਆਲੂਵਾਲੀਆ ਤੇ ਰਾਮ ਗੜੀਆ ਉਹਨਾਂ ਦੇ ਬੁੰਗੇ ਹੋਣ ਤੇ ਇਥੇ ਸਿੱਖ ਲੰਮਾ ਸਮਾ ਦਰਬਾਰ ਸਾਹਿਬ ਦੀ ਅਦੂਦ ਵਿੱਚ ਆਪਣੇ ਕੈਂਪ ਲਾ ਕੇ ਰਹਿੰਦੇ ਹੋਣ ਤੇ ਜਕਾਰਾ ਨਾ ਲੱਗਦਾ ਹੋਵੇ ਤੁਹਾਡੇ ਮੰਨਣ ਚਾਉਂਦੀ ਏ ਗੱਲ ਪਰ ਅੱਜ ਜਿੰਨਾ ਜਕਾਰਾ ਗਜਾਉਂਦੇ ਆ ਨਾ ਦੋਹਰਾ ਪੜ ਸਾਡੇ ਕੋਲ ਏ ਸਿੱਧਾ ਤੇ ਠੇੜਾ ਜਵਾਬ ਇਹ ਜੀ ਗੁਰੂ ਸਾਹਿਬ ਦੇ ਸਮੇਂ ਦੀ ਨਹੀਂ ਜੀ ਮਾਫ ਕਰਨਾ ਅੰਗਰੇਜ਼ਾਂ ਨੇ ਮੰਤਾਂ ਕੋਲੋਂ ਬੰਦ ਕਰਾਇਆ ਅਸੀਂ ਅੱਜ ਤੱਕ ਲਾਗੂ ਨਹੀਂ ਕਰ ਸਕੇ ਆਪਣੀ ਕਮੀ ਨੂੰ ਅਸੀਂ ਇਹ ਕਹਿ ਕੇ ਥੋਪਨੇ ਜੀ ਮਰਿਆਦਾ ਹੈ ਮਰਿਆਦਾ ਨਹੀਂ ਹੈ ਤੁਸੀਂ 24 ਪੜਦੇ ਹੋ ਨਾ ਜਦੋਂ ਸੋਦਰ ਦਾ ਪਾਠ ਹੁੰਦਾ ਹੈ 24 ਪੜੀ ਜਾਂਦੀ ਹੈ ਕਿ ਨਹੀਂ ਸਵਈਆ ਪੜਿਆ ਜਾਂਦਾ ਹੈ ਕਿ ਨਹੀਂ ਦੋਰਾ ਪੜਿਆ ਜਾਂਦਾ ਹੈ ਕਿ ਨਹੀਂ ਫਤੇ ਬੁਲਾਈ ਜਾਂਦੀ ਹੈ ਕਿ ਨਹੀਂ ਫਤੇ ਬੁਲਾਈ ਜਾਂਦੀ ਹੈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਫਤੇ ਸਾਨੂੰ ਦਸਮ ਪਾਤਸ਼ਾਹ ਨੇ ਦਿੱਤੀ ਹੈ ਤੇ ਜਕਾਰਾ ਵੀ ਦਸਮ ਪਾਤਸ਼ਾਹ ਨੇ ਦਿੱਤਾ ਹੈ ਜਦੋਂ ਕਿ ਸਿੱਖ ਸਿੱਖ ਨੂੰ ਜਦੋਂ ਮਿਲਦਾ ਤਾਂ ਉਹ ਫਤੇ ਬੁਲਾਉਂਗਾ ਜਿਹੜਾ ਜਕਾਰਾ ਹੈ ਉਹ ਉਤਸ਼ਾਹ ਵੇਲੇ ਜਾਂ ਜੰਗੀ ਮੁਹਾਜ ਵੇਲੇ ਜਕਾਰਾ ਗਜਾਉਣ ਦੀ ਸਿੱਖਾਂ ਚ ਰਵਾਇਤ ਹੈ ਤੇ ਦੋਰਾ ਕਿਉਂ ਬੰਦ ਹੈ ਕਿਉਂਕਿ ਦੋਰੇ 'ਚ ਸ਼ਬਦ ਆਉਂਦੇ ਨੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖਵਾਰੋ ਹਿੱਸਾ ਮਿਲਾਂਗੇ ਬੱਚੇ ਸ਼ਰਨ ਜੋਏ ਤੇ ਜਿੰਨਾ ਕੋਲ ਰਾਜ ਖੋਇਆ ਹੋਵੇ ਉਸ ਕੌਮ ਨੂੰ ਇਕੱਠੇ ਹੋ ਕੇ ਤੇ ਇਹ ਨਾਹਰਾ ਲਾਉਣ ਦਾ ਮੌਕਾ ਅਗਲੇ ਉਹਨਾਂ ਦੇ ਕੇਂਦਰੀ ਸਥਾਨ ਤੇ ਦੇ ਦੇਣ ਇਹੋ ਜੀ ਹਕੂਮਤ ਨਾਲੋਂ ਮੂਰਖ ਹੋਰ ਕਿਹੜਾ ਹੋਏਗਾ ਅਸੀਂ ਪਰਦੇ ਪਾਉਂਦੇ ਹਾਂ ਹਰ ਚੀਜ਼ ਉੱਤੇ ਪਰਦੇ ਉਹਨੂੰ ਮਰਿਆਦਾ ਮਰਿਆਦਾ ਬਰਿਆਦਾ ਕਰਕੇ ਅਸੀਂ ਆਪਣਾ ਭਵਿੱਖ ਤਬਾਹ ਕਰਦੇ ਹਾਂ ਅਸੀਂ ਗੁਰੂ ਸਾਹਿਬ ਦੀ ਰਵਾਇਤ ਤੋਂ ਮੂੰਹ ਮੋੜਦੇ ਹਾਂ ਇੰਨੀ ਇੰਟਰਫੀਰੈਂਸ ਕੀਤੀ ਉਹਨਾਂ ਨੇ ਸਾਡੇ ਦਖਲਅੰਦਾਜ਼ੀ ਮੰਤਾਂ ਦੇ ਰਾਹੀਂ ਕੀਤੀ ਕੁਸੀਂ ਇਤਿਹਾਸ ਪੜਨਾ ਜਿਹੜੇ ਮੇਰੇ ਵੀਰ ਭੈਣਾਂ ਇੰਟਰਨੈਟ ਤੇ ਸਰਚ ਕਰ ਸਕਦੇ ਨੇ ਉਹ ਵੇਖਿਓ ਸ਼੍ਰੀ ਦਰਬਾਰ ਸਾਹਿਬ ਵੱਲ ਜਿਹੜੀ ਜਿਹਨੂੰ ਪਹਾੜ ਦੀ ਬਾਹੀ ਆਪਾਂ ਕਹਿੰਦੇ ਆ ਜਲਿਆਂ ਵਾਲੇ ਬਾਗ ਤੋਂ ਜਿਹੜਾ ਰਸਤਾ ਹੁੰਦਾ ਹੈ 메ਨ ਰਸਤਾ ਅੱਜ ਕੱਲ ਇਹ ਹੀ ਹੈ ਇਸ ਪਾਸੇ ਨੂੰ ਆਪਾਂ ਘੰਟਾ ਘਰ ਚਾਉ ਕਿਉਂ ਕਹਿੰਦੇ ਆ ਘੰਟਾ ਘਰ ਵਾਲਾ ਪਾਸਾ ਤੁਸੀਂ ਲੁਧਿਆਣਾ ਵੇਖੋ ਕਪੂਰਥਲਾ ਵੇਖੋ ਅੰਮ੍ਰਾਲਾ ਵੇਖੋ ਸ਼ਿਮਲਾ ਵੇਖੋ ਉੱਥੇ ਕਲੌਕ ਟਾਵਰ ਬਣੇ ਹੋਏ ਨੇ ਘੰਟਾ ਘਰ ਚੌਂਕ ਇਹ ਬਣਾਈ ਅੰਗਰੇਜ਼ਾਂ ਨੇ ਸਨ ਇਹਨੂੰ ਘੰਟਾ ਘਰ ਇਸ ਕਰਕੇ ਕਿਹਾ ਜਾਂਦਾ ਹੈ ਅੱਜ ਉਹ ਜਗ੍ਹਾ ਪ੍ਰਗਟ ਹੋ ਗਈ ਜਦੋਂ ਜਦੋਂ ਤੁਸੀਂ ਜਲਿਆਂ ਵਾਲੇ ਬਾਗ ਤੋਂ ਦਰਬਾਰ ਸਾਹਿਬ ਨੂੰ ਆਉਂਦੇ ਹੋ ਜੋੜਾ ਜਮਾ ਕਰਾਉਂਦੇ ਹੋ ਤੇ ਥੱਲੇ ਇੱਕ ਤਹਿ ਖਾਨਾ ਹੈ ਕਦੇ ਉਹਦੇ ਉੱਤਰ ਕੇ ਵੇਖਣਾ ਉਹਨੂੰ ਪ੍ਰਬੰਧਕਾਂ ਨੇ ਸੰਭਾਲਿਆ ਹੈ ਪੁਰਾਣੀ ਇਮਾਰਤ ਪੁਰਾਣੀ ਇੱਟ ਹੈ ਥੱਲੇ ਤਹਿ ਖਾਨਾ ਹੈ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਬੁੰਗਾ ਸੀ ਅੰਗਰੇਜ਼ਾਂ ਨੇ ਉਸ ਬੁੰਗੇ ਨੂੰ ਉਤੋਂ ਢਾ ਕੇ ਇਹਦੀ ਜਗ੍ਹਾ ਦੇ ਉਤੇ ਇੱਕ ਕਲੌਕ ਟਾਵਰ ਖੜਾ ਕੀਤਾ ਚਰਚ ਨੁਮਾ ਉਹਦੀਆਂ ਤਸਵੀਰਾਂ ਉਪਲਬਧ ਨੇ ਜੀ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਵੇਖਿਓ ਪੁਰਾਣੀਆਂ ਕਿਤਾਬਾਂ ਚੋਂ ਕਾਪੀ ਕਰਕੇ ਲੋਕਾਂ ਨੇ ਇੰਟਰਨੈਟ ਤੇ ਪਾ ਦਿੱਤੀਆਂ ਉਹ ਘੰਟਾ ਘਰ ਉੱਚੀ ਮਾਰ ਦਰਬਾਰ ਸਾਹਿਬ ਤੋਂ ਵੀ ਉੱਚਾ ਬਣਾ ਕੇ ਉਹਨਾਂ ਨੇ ਬਿਲਕੁਲ ਜਿਸ ਤਰ੍ਹਾਂ ਦਾ ਉਹਨਾਂ ਨੇ ਲੁਧਿਆਣੇ ਸ਼ਿਮਲੇ ਅੰਬਾਲੇ ਕਪੂਰਥਲੇ ਹਰ ਜਗ੍ਹਾ ਬਣਾਇਆ ਕਲੌਕ ਟਾਵਰ ਇੱਕ ਚਰਚ ਵਰਗੀ ਉਦੋਂ ਸ਼ਕਲ ਦੇ ਕੇ ਐਡਾ ਵੱਡਾ ਉਹ ਤਾਮੀਰ ਕਰਕੇ ਖੜਾ ਕੀਤਾ। ਉਹਦੇ ਤੋਂ ਦਰਬਾਰ ਸਾਹਿਬ ਵਿੱਚ ਨਿਗਰਾਨੀ ਰੱਖੀ ਜਾ ਸਕੀ। ਤੇ ਇੱਥੇ ਪਾਦਰੀ ਆ ਕੇ ਉਦੋਂ ਪ੍ਰਕਰਮਾਂ 'ਚ ਇਸ ਤਰ੍ਹਾਂ ਬਰਾਂਡੇ ਨਹੀਂ ਸਨ ਹੁੰਦੇ ਬੁੰਗੇ ਹੁੰਦੇ ਸਨ 84 ਤੋਂ ਵੱਧ ਬੁੰਗੇ ਸਨ। ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਆਲੇ-ਦੁਆਲੇ। ਔਰ ਉੱਥੇ ਪਾਦਰੀ ਹੱਥਾਂ 'ਚ ਬਾਈਬਲ ਲੈ ਕੇ ਅੰਜੀਲ ਦਾ ਪ੍ਰਚਾਰ ਦਰਬਾਰ ਸਾਹਿਬ ਦੇ ਸਰੋਵਰ ਦੇ ਕੰਢੇ ਕਰਦੇ ਸਨ। हनुमान चालीसा ਪੜਿਆ ਜਾਂਦਾ ਸੀ ਉਹ ਕੁਝ ਲਿਖਿਆ ਵਿਦਵਾਨਾਂ ਨੇ ਜੋ ਸਟੇਜ ਤੇ ਕਥਨ ਨਹੀਂ ਕੀਤਾ ਜਾ ਸਕਦਾ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਤੁਹਾਨੂੰ ਹਰ ਮੰਦੀ ਚੀਜ਼ ਵੀ ਮਿਲ ਜਾਏਗੀ ਇੰਨਾ ਜ਼ਿਆਦਾ ਪ੍ਰਬੰਧ ਢਿੱਲਾ ਮੰਤਾਂ ਨੇ ਇੰਨੀ ਖੁੱਲ ਦੇ ਦਿੱਤੀ ਸੀ ਔਰ ਸਿੱਖਾਂ ਦੀ ਆਤਮਾ ਤੇ ਮਰ ਨੂੰ ਪ੍ਰਿਸ਼ਟ ਕਰਨ ਵਾਸਤੇ ਉਹਨਾਂ ਦੇ ਕੇਂਦਰੀ ਸਥਾਨ ਦੇ ਉੱਤੇ ਇਸ ਕਿਸਮ ਦੇ ਢਿੱਲੜ ਬਦਮਾਸ਼ ਕਿਸਮ ਦੇ ਪੁਜਾਰੀ ਜਿਹੜੇ ਸਰਕਾਰ ਦੇ ਬਿਲਕੁਲ ਟਾਊਟ ਕਿਸਮ ਦੇ ਸਨ ਔਰ ਜਾਰ ਖਰੀਦ ਸਨ ਉਹ ਉਥੇ ਬਹਿ ਕੇ ਇੰਨੀਆਂ ਬੇਨਿਜਮੀਆਂ ਕਰਦੇ ਸਨ ਤੋਸ਼ੇ ਖਾਨੇ ਦਾ ਸਮਾਨ ਖੁਰਦ-ਬੁਰਦ ਕਰਨਾ ਪੇਟਾਵਾਂ ਰੱਖ ਲੈਣੀਆਂ ਬੇਈਮਾਨੀਆਂ ਕਰਨੀਆਂ ਈਵਨ ਉਥੇ ਪ੍ਰਸ਼ਾਦ ਜਦੋਂ ਕੋਈ ਸਿੱਖ ਪ੍ਰਸ਼ਾਦ ਕਰਾਉਂਦਾ ਉਹਨੂੰ ਉਹਦੀ ਬਰਾਦਰੀ ਪੁੱਛੀ ਜਾਂਦੀ ਵੀ ਤੇਰੀ ਜਾਤ ਕਿਹੜੀ ਹੈ ਇਹ ਸਭ ਕਾਰਯਮਹੰਤ ਕਰਦੇ ਸਨ ਉਹ ਇਹੋ ਜਿਹਾ ਜ਼ਹਿਰ ਸਾਡੇ ਚ ਬੀਜ ਕੇ ਗਏ ਅਜੇ ਤੱਕ ਅਸੀਂ ਇਹਦੇ ਤੋਂ ਮੁਕਤ ਨਹੀਂ ਹੋ ਸਕੇ ਇਹ ਹੁਜਾ ਜ਼ਹਿਰ ਉਹਨਾਂ ਨੇ ਸਾਡੇ ਵਿੱਚ ਜਿਆ ਫਿਰ ਵਾਰੀ ਆਈ ਸਭ ਤੋਂ ਪਹਿਲਾ ਗੁਰਦੁਆਰਾ ਜਿਹੜਾ ਆਜ਼ਾਦ ਕਰਾਇਆ ਉਹ ਸੀ ਬਾਬੇ ਕੀ ਬੇਰ ਸਿਆਲ ਕੋਟ ਦਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਾਕਾ ਨਨਕਾਣਾ ਸਾਹਿਬ 21 ਫਰਵਰੀ 1921 ਨੂੰ ਹੋਇਆ ਉਹ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਇਥੋਂ ਦਾ ਜਿਹੜਾ ਮੰਤਸੀ ਨਾਰਾਇਣ ਦਾਸ ਸਰਕਾਰ ਦਾ ਬਿਲਕੁਲ ਜ਼ਰ ਖਰੀਦ ਬੰਦਾ ਖੁੱਲੀ ਜ਼ਮੀਨ ਜਾਇਦਾਦ ਸੀ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਲੱਗੀ ਹੋਈ ਮਾਇਆ ਪੇਟਾ ਚੌਕੀ ਆਉਂਦੀ ਸੀ ਜਨਮ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ ਇਹਨੇ ਗੁੰਡੇ ਪਾਲੇ ਹੋਏ ਸਨ ਬਦਮਾਸ਼ੀਆਂ ਨਸ਼ੇ ਲੋਕਾਂ ਦੀ ਇੱਜ਼ਤ ਨੂੰ ਹੱਥ ਪਾਉਣਾ ਜਾਨੀ ਕਿ ਕਿਹੜੇ ਕਿਹੜੇ ਸ਼ਬਦ ਅਲਫਾਜ਼ ਕਹੇ ਜਾਣ ਉਥੋਂ ਦੇ ਪ੍ਰਬੰਧ ਬਾਰੇ ਜਿਸ ਤਰ੍ਹਾਂ ਦਾ ਉਹ ਨਰੈਣ ਦਾਸ ਮੰਤ ਨੇ ਉਥੇ ਕੀਤਾ ਉਸ ਗੁਰਦੁਆਰੇ ਨੂੰ ਸ਼ਾਂਤਮਈ ਟੰਗ ਨਾਲ ਮੰਤ ਕੋਲੋਂ ਲੈਣ ਵਾਸਤੇ ਜਦੋਂ ਸਿੱਖਾਂ ਦਾ ਜਥਾ ਜਾਂਦਾ ਹੈ ਤੇ ਉਹਨੇ ਪਹਿਲੋਂ ਹੀ ਹਥਿਆਰਬੰਦ ਬੰਦੂਕ ਧਾਰੀ ਗੁੰਡੇ ਬਦਮਾਸ਼ ਪਿੰਡਾਂ ਦੇ ਇਕੱਠੇ ਕਰਕੇ ਉੱਥੇ ਮੋਰਚੇ ਲਾ ਲਏ ਸਿੱਖਾਂ ਦੀ ਵੱਡ ਟੁਕ ਕੀਤੀ ਸੰਖੇਪ ਚ ਕਹਾ 150 ਤੋਂ 200 ਸੇਖ ਇੱਕ ਦਿਨ ਕਤਲ ਕੀਤਾ ਗਿਆ ਛੋਟੇ ਬਾਲਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਮਾਈਆਂ ਬੀਬੀਆਂ ਤੱਕ ਇੱਕ ਮਾਈ ਦੇ 6 ਦੇ 6 ਪੁੱਤਰ ਤੇ ਇੱਕ ਪੋਤਰਾ ਇੱਕੇ ਦਿਨ ਵਿੱਚ ਸਾਕਾ ਨਨਕਾਣਾ ਸਾਹਿਬ ਦੀ ਭੇਟ ਚੜਿਆ ਉੱਥੇ ਸ਼ਹਾਦਤਾਂ ਹੋਈਆਂ ਇਹ ਸਾਕਾ ਵਾਪਰਿਆ 21 ਫਰਵਰੀ 1921 ਫੇਰ ਕਿਤੇ ਜਾ ਕੇ ਲਹਿਰ ਚੱਲੀ ਤੇ 1925 ਚ ਗੁਰਦੁਆਰਾ ਐਕਟ ਬਣ ਕੇ ਸਿੱਖਾਂ ਦੇ ਕੋਲ ਕੰਟਰੋਲ ਆਇਆ ਮਹੰਤਾਂ ਦੇ ਕੋਲੋਂ ਸਰਕਾਰੀ ਅੰਗਰੇਜ਼ੀ ਕੰਟਰੋਲ ਚੋਂ ਨਿਕਲ ਕੇ ਫੇਰ ਕਿਤੇ ਜਾ ਕੇ ਸਿੱਖ ਆਪਣਾ ਪ੍ਰਬੰਧ ਕਰਨ ਦੇ ਯੋਗ ਹੋਏ ਐਵੇਂ ਆਪਣੀ ਚੀਜ਼ ਲੈਣ ਵਾਸਤੇ ਹੀ ਸਿੱਖਾਂ ਨੂੰ ਲੋ ਢੋਲਣਾ ਪਿਆ ਆਪਣੀ ਚੀਜ਼ ਦਾ ਪ੍ਰਬੰਧ ਆਪ ਕਰਨ ਵਾਸਤੇ ਹੀ ਸਿਖਾਂ ਨੂੰ ਇੰਨੀ ਵੱਡੀ ਪ੍ਰੀਖਿਆ ਦੀ ਘੜੀ ਚੋਂ ਇੰਨੀ ਵੱਡੀ ਕੁਠਾਲੀ ਚ ਪੈ ਕੇ ਨਿਕਲਣਾ ਪਿਆ ਪਰ ਉਹਨਾਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਏ ਨਮਸਕਾਰ ਜਿਨ੍ਹਾਂ ਦੀ ਇਹ ਭਾਵਨਾ ਸੀ ਕਿ ਗੁਰਦੁਆਰਿਆਂ ਦੇ ਵਿੱਚ ਗੁਰਮਤ ਮਰਿਆਦਾ ਤੇ ਗੁਰਮਤ ਦਾ ਪ੍ਰਚਾਰ ਹੋਵੇ ਮਰਿਆਦਾ ਬਹਾਲ ਹੋਵੇ ਜਿਨ੍ਹਾਂ ਨੇ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਇਕੱਤਰ ਹੋ ਬੈਠੇ ਹਾਂ ਜੇ ਅੱਜ ਸਿੱਖਾਂ ਨੇ ਆਪਣਾ ਭਵਿੱਖ ਸਵਾਰਨਾ ਹੈ ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ ਦੁਨੀਆ ਦੇ ਹਰ ਗੁਰਦੁਆਰੇ ਦੇ ਪ੍ਰਬੰਧਕ ਨੂੰ ਸਾਕਾ ਨਨਕਾਣਾ ਸਾਹਿਬ ਦੀ ਘਟਨਾ ਨੂੰ ਇਤਿਹਾਸ ਚ ਆਪ ਅੱਖਾਂ ਨਾਲ ਪੜ੍ਹਨਾ ਚਾਹੀਦਾ ਤੇ ਹਰ ਪ੍ਰਚਾਰਕ ਨੂੰ ਤੇ ਹਰ ਗ੍ਰੰਥੀ ਨੂੰ ਪੜ੍ਹਨਾ ਚਾਹੀਦਾ ਤੇ ਹਰ ਸੰਗਤ ਦੇ ਹਰ ਨੁਮਾਇੰਦੇ ਨੂੰ ਪੜ੍ਹਨਾ ਚਾਹੀਦਾ ਉਹਨੂੰ ਪਤਾ ਲੱਗੇ ਵੀ 1.5 ਤੋਂ 100 ਤੋਂ 200 ਤੱਕ ਦੀਆਂ ਸ਼ੀਧੀਆਂ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਕਿਉਂ ਦਿੱਤੀਆਂ ਗਈਆਂ ਸੰਤ ਉਹ ਕਿਹੜੇ ਕੰਮ ਸਨ ਜਿਨ੍ਹਾਂ ਤੋਂ ਉਹ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਬਚਾਉਣਾ ਚਾਹੁੰਦੇ ਸਨ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਸਾਡੀ ਅੱਜ ਦਸ਼ਾ ਕੀ ਹੈ ਤੋਂ ਇਸ ਵਾਸਤੇ ਅਸੀਂ ਉਹਨਾਂ ਮਹਾਨ ਪਰਉਪਕਾਰੀ ਸ਼ੀਧਾ ਨੂੰ ਆ ਯਾਦ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੀ ਭਾਵਨਾ ਮੁਤਾਬਕ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਦੇ ਪਵਿੱਤਰ ਖਿਆਲਾਂ ਮੁਤਾਬਕ ਇੱਕ ਰਾਈ ਮਾਤਰ ਵੀ ਅਸੀਂ ਤੁਰ ਸਕੀਏ ਤਾਂ ਇਹ ਸਮਝਿਆ ਜਾਏਗਾ ਵੀ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਹੈ ਉਹਨਾਂ ਦਾ ਆਦਰ ਕੀਤਾ ਹੈ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਸਾਰੀ ਸੰਗਤ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਚ ਬਣਾਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ